इरामान इराम अज अस आए हैं जी हंजरामा वाला एक पिंड है जिला हफजाबाद का उन्नीस सौ बानवे तो ज़िल् बनया हफजाबाद उस पेल गुजरवाले दहसील सी इतने बजुर्ग ने माइग्रेट ने हशियारपुर के मेरे नाल ने सेल अहमद भट्टी राणा समान साहब वासे राणा इन्हों गलबात करना पुछागे ਇਹਨਾਂ ਦਾ ਮਸ਼ਰਕੀ ਪੰਜਾਬ ਚ ਪਿੰਡ ਕਿਹੜਾ ਸੀ ਉੱਥੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਸਨ ਇਹਨਾਂ ਦੇ ਇਰਦ ਗਿਰ ਜਿਹੜੇ ਪਿੰਡ ਸਨ ਉਹਨਾਂ ਚ ਕਿਸ ਤਰ੍ਹਾਂ ਦੀ ਆਬਾਦੀ ਸੀ ਉੱਥੇ ਜਿਹਨਾਂ ਲੋਕਾਂ ਦੇ ਨਾਲ ਰਹਿੰਦੇ ਸਨ ਉਹਨਾਂ ਨਾਲ ਇਹਨਾਂ ਦੀ ਵਰਤੋਂ ਕੀ ਸੀ ਤੇ ਜਦੋਂ 1947 ਦਾ ਮਾਮਲਾ ਹੋਇਆ ਤੇ ਫਿਰ ਇਹਨਾਂ ਨੇ ਹਿਜਰਤ ਕਿਸ ਤਰ੍ਹਾਂ ਕੀਤੀ ਇਹ ਸਾਰਾ ਇਹਨਾਂ ਬਜ਼ੁਰਗਾਂ ਨਾਲ ਗੱਲ ਕਰਨੇ ਆ ਜੀ ਇਹਨਾਂ ਦੀ ਬੜੀ ਮਿਹਰਬਾਨੀ ਇਹਨਾਂ ਸਾਨੂੰ ਟਾਈਮ ਦਿੱਤਾ ਅਸਲਾਮੁਅਲੈਕਮ ਜੀ ਵਾਲੇਕਮ ਅਸਲਾਮ ਤੁਹਾਡਾ ਕੀ ਨਾਮ ਹੈ ਜੇਕਰ ਨਾਮ ਹੀ ਮੁਹੰਮਦ ਖਫਰ ਮੁਹੰਮਦ ਖਫਰ ਤੇ ਤੁਹਾਡੇ ਵਾਲਿ ਸਾਬ ਦਾ ਫਤਿਹ ਮੁਹੰਮਦ ਦਾਦਾ ਜੀ ਦਾ ਨਾਮ ਵੀ ਪਤਾ ਜੀ ਕਮਾਲ ਦੀ ਕਮਾਲ ਦੀ ਤੇ ਤੁਸੀਂ ਆਵਾਨ ਹੋ ਜੀਵਾਨ ਕਤਬशाही ਆਵਾਨ ਜੀ ਇੰਜੀ ਗੱਲ ਹੈ ਨਾ ਜੀ ਕਤਬशाही ਆਵਾਂ ਅੱਛਾ ਅੱਛਾ ਇਹਦਾ ਪਿੰਡ ਹੰਜਰਾਵਾ ਵਾਲਾ ਜੀ ਇਹਦਾ ਜ਼ਿਲ੍ਹਾ ਕਿਹੜਾ ਹਾਫਜ਼ਾਬਾਦ ਤਹਿਸੀਲ ਵੀ ਹਾਫਜ਼ਾਬਾਦ ਦੀ ਤਹਿਸੀਲ ਵੀ ਹਾਫਜ਼ਾਬਾਦ ਖਾਸ ਇਹਦੇ ਨਾਲ ਇਰਦ-ਗਿਰੇ ਜਿਹੜੇ ਗਵਾਂਢੀ ਪਿੰਡ ਨੇ ਜੀ ਉਹ ਕਿਹੜੇ-ਕਿਹੜੇ ਨੇ ਇਹ ਨੇ ਜੀ ਮਸ਼ਰਕ ਪਾਸੇ ਹੈਗਾ ਕੋਟ ਹਸਨ ਖਾਂ ਕੋਟ ਹਸਨ ਖਾਂ ਹਾਂ ਜੀ ਅੱਛਾ ਜੀ ਮਗਰ ਪਾਸੇ ਹੈਗਾ ਸ਼ਬੀਰ ਆ ਉਹਦਾ ਨਾ ਕੀ ਜੀ ਸ਼ਬੀਰ ਸ਼ਬੀਰ ਅੱਛਾ ਐਸ ਗੁੱਟ ਦੇ ਨਾਲ ਪਜੱਥੇ ਨੇ ਮੱਟਮ ਤੋਂ ਪਿੰਡ ਨੇ ਅੱਛਾ ਤੇ ਜਨੂਬ ਵਾਲੇ ਪੱਲੇ ਇਧਰ ਹੈ ਨਾ ਕੁਤਬ ਵਾਲੇ ਪੱਲੇ ਹੈ ਜੁੜੀਆਂ ਸ਼ੂਰੀਆਂ ਮੈਂ ਦੇਖਤੇ ਇਹ ਮਲਕ ਸਾਹਿਬ ਦਾ ਪਿੰਡ ਹੈ ਹਜਰਾਵਾਂ ਵਾਲਾ ਜੀ ਇਹ ਹਜਰਾ ਜੱਟਾਂ ਦਾ ਪਿੰਡ ਹੈ ਜੀ ਹਜਰਾਵਾਂ ਵਾਲਾ ਜੱਟਾਂ ਦਾ ਪਿੰਡ ਇੱਥੇ ਨੰਬਰਦਾਰ ਕਿੰਨੇ ਨੇ ਹੁਣ ਇੱਥੇ ਨੰਬਰਦਾਰ ਸੀ ਜੀ ਦੋ ਇੱਕ ਹੈਗਾ ਲਾਗੇ ਠੱਟਾ ਉਹਦਾ ਸੀ ਇੱਕ ਹਜਰਾਵਾਂ ਵਾਲੇ ਦਾ ਅੱਛਾ 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 ਠੱਟਾ ਵੇ ਦੇ ਨਾਲ ਹਾਂ ਜੀ ਇਹਦੇ ਵਿੱਚ ਹੋਈ ਹੈ ਨਾ ਤੇ ਉਹ ਲੰਬਰਦਾਰ ਪਹਿਲੇ ਤੁਸੀਂ ਸ਼ਰੀਫ ਜੀ ਉਹ ਫੌਤ ਹੋ ਗਿਆ ਜੀ ਤੇ ਇੱਕ ਸਿਗਾ ਬਾਬੂ ਖਾਂ ਰਾਣਾ ਅੱਛਾ ਅੱਛਾ ਉਹ ਵੀ ਫੌਤ ਹੋ ਗਿਆ ਬਲਕਿ ਸਾਹਿਬ ਇੱਥੇ ਜਿਹੜੇ ਆ ਲੋਕ ਆਏ ਨੇ ਮਾਜਰ ਹੋ ਕੇ ਜੀ ਉਹ ਕਿਹੜੀਆਂ ਕਿਹੜੀਆਂ ਕੌਮਾਂ ਨੇ ਇੱਥੇ ਜੀ ਕੌਮਾਂ ਨੇ ਰਾਜਪੂਤ ਅੱਛਾ ਜੀ ਅਵਾਨ ਅੱਛਾ ਜਾਤੀ ਦੋਈ ਕੋ ਮੈਂ ਇਹ ਨੇ ਹਾਂਜੀ ਹਾਂਜੀ ਤੇ ਇੱਥੇ ਦੇ ਰਹਿਣ ਵਾਲੇ ਜਿਹੜੇ ਨੇ ਉਹ ਹਜਰਾ ਨੇ ਅਜੇ ਹਜਰਾ ਹੈ ਨਹੀਂ ਜੀ ਇੱਥੇ ਇੱਥੇ ਰਹਿਣ ਵਾਲੇ ਹਜਰਾ ਹੈਂ ਅੱਛਾ ਅੱਧਾ ਪਿੰਡ ਹਲਾਵਾਂ ਦਾ ਮਾਲਕੀ ਤੇ ਅੱਧਾ ਜਮਾਹਰ ਹੈ ਅੱਛਾ ਹਾਂ ਤੇ ਮਾਲਕ ਸਾਹਿਬ ਤੁਸੀਂ ਇਹ ਜਿਹੜੇ ਆਵਾਨ ਨੇ ਹਾਂਜੀ ਇਹ ਕਿਹੜੇ ਜ਼ਿਲ੍ਹੇ ਚੋਂ ਇੱਥੇ ਆਏ ਨੇ ਮਸ਼ਰਕੀ ਪੰਜਾਬ ਚੋਂ ਇਹ ਜ਼ਿਲ੍ਹਾ ਹੁਸ਼ਿਆਰ ਪਰ ਅੱਛਾ ਜੀ ਪਿੰਡ ਪਿੰਡ ਮਨਸੂਰ ਪਰ ਜੀ ਕੋਈ ਲਾਗੇ ਮਸੂਰਪੁਰ ਦੇ ਲਾਗੇ ਇੱਕ ਸੀਗਾ ਸ਼ੇਰਪੁਰ ਸ਼ੇਰਪੁਰ ਠੀਕ ਉੱਥੇ ਦੇ ਵੀ ਹੈਂਡ ਕੋ ਕਾਰ ਹਾਂਜੀ ਮੁਖਤਲੇ ਫਿਰ ਤਰ੍ਹਾਂ ਤੇ ਜਿਆਦਾ ਹੈ ਮਨਸੂਰਪੁਰ ਦੇ ਵਿੱਚ ਹੀ ਜਿਹੜੇ ਰਾਜਪੂਤ ਨੇ ਹਾਂਜੀ ਇਹ ਕਿੱਥੋਂ ਦੇ ਨੇ ਇਹ ਜੰਬਾਲਾ ਅੱਛਾ ਜਿਆਦਾ ਅੰਬਾਲੇ ਦੇ ਨੇ ਸਾਡੇ ਜਿਆਦਾ ਅੰਬਾਲੇ ਦੇ ਹਾਂਜੀ ਤੁਹਾਡਾ ਪਿੰਡ ਮਸ਼ਰਕੀ ਪੰਜਾਬ ਚ ਮਨਸੂਰਪੁਰ ਆਂਦੇ ਹੋ ਮਨਸੂਰਪੁਰ ਅੱਛਾ ਹਾਂਜੀ ਇਹਦਾ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ तहसील भी हिसारपुरी सी जी दसूआ दसूआ तहसील दसूआ सी अच्छा तम था... जी थाना मकेरिया जेडे ए ਤੁਹਾਡਾ ਪਿੰਡ ਹੈ منصورਪੁਰ ਜੀ ਇਹਦੇ ਨਾਲ ਨਾਲ ਜਿਹੜੇ ਗੁਆਂਢੀ ਪਿੰਡ ਸਨ ਉਥੇ ਹਾਂਜੀ ਉਹਨਾਂ ਦੇ ਕੋ ਨਾਮ ਯਾਦ ਨੇ ਹਾਂਜੀ ਦੱਸੋ ਇਹਨਾਂ ਦੇ ਨਾਲ ਜੀ ਅਰਈਓਰ ਸਿਕ ਪਿੰਡ ਅੱਛਾ ਜੀ ਇੱਕ ਪੰਡੇਰਾ ਸੀ ਇੱਕ ਮਦੀਨਪੁਰ ਸੀ ਕ੍ਰਿਸ਼ਨਪੁਰਾ ਹਾਂ ਜੀ ਅੱਛਾ ਤੇ ਇੱਕ ਸਿਖਾਨਪੁਰ ਅੱਛਾ ਹਾਂ ਜੀ ਇਸ ਤਰ੍ਹਾਂ ਇਹ ਮੁxtਲਫ ਪਿੰਡ ਸੀ ਇੱਕ ਲਾਗੇ ਪੰਡੋਰੀ ਸੀ ਉਹ ਪਿੰਡ ਹਿੰਦੂ ਦੇ ਬੜਾ ਮਸ਼ਹੂਰ ਹੈ ਉਹ ਹਿੰਦੂਆਂ ਦਾ ਪੰਡੋਰੀ ਅਰਾਈਆਂ ਦੀ ਨਹੀਂ ਉਹਨੂੰ ਆਂਦੇ ਨਹੀਂ ਨਹੀਂ ਅੱਛਾ ਇਹ ਪੰਡੋਰੀ ਹੋਰ ਸੀ ਮਸੂਰਪੁਰ ਦੇ ਨਾਲ ਸੀ ਵਸੀਮਾਂ ਨਾਲ ਇਕੱਠਾ ਸੀ ਅੱਛਾ ਉਹ ਐਸੀ ਹਿੰਦੂ ਰਾਜਪੂਤ ਹਿੰਦੂ ਰਾਜਪੂਤ ਹਾਂ ਜੀ ਤੁਹਾਡੀ ਉਮਰ ਕਿੰਨੀ ਸੀ ਉਦੋਂ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਜੇ ਜੋ ਪਾਕਿਸਤਾਨ ਬਣਿਆ ਜੀ ਮੈਂ 10 12 ਸਾਲ ਦਾ ਸੀ ਤੁਹਾਨੂੰ ਕਾਫੀ ਹੋਸ਼ ਹੈ ਮੈਂ ਡੰਗਰ ਚਾਰਦਾਨਿਆਂ ਜੀ ਉੱਧਰ ਤੁਹਾਡੇ ਪਿੰਡ ਸਕੂਲ ਐ ਸੀ ਜੀ ਸਕੂਲ ਐ ਸੀ ਅੱਛਾ ਪ੍ਰਾਇਮਰੀ ਤੁਸੀਂ ਗਏ ਸਕੂਲ ਇੱਕ ਦਿਨ ਅੱਛਾ ਫਿਰ ਕਿਉਂ ਨਹੀਂ ਗਏ ਪੜਿਆ ਜਿਉ ਨਹੀਂ ਤਾਂ ਫਿਰ ਕੁ ਦਿਨ ਲਾ ਲਾ ਦੋ ਦਿਨ ਗਿਆ ਨਹੀਂ ਤੁਸੀਂ ਇੱਕ ਦਿਨ ਗਏ ਨਾ ਗਏ ਦੋ ਚਾਰ ਦਿਨ ਅੱਛਾ ਭਈ ਇਹ ਉਹ ਖਾਲੇ ਜੀ ਉਦੋਂ ਅਸਲੀ ਗੱਲ ਨੇ ਕਿ ਜਿੰਨਾ ਹੁਣ ਤੱਕ ਲੋ ਕਰਦੇ ਲੋ ਕਰਦੇ ਨੇ ਜੀ ਜੇ ਬੱਚਿਆਂ ਨੇ ਕਹਿਆ ਤਾਂ ਨਾ ਮੈਂ ਨਹੀਂ ਪੜਨਾ ਉਹ ਹੈ ਤਕਾਂ ਚਲੋ ਡੰਗਸੜਾਓ ਡੰਗਸੜਾਓ ਮਾਲ ਚਰਾਓ ਠੀਕ ਮੇਰਾ ਵੱਡਾ ਭਾਈ ਜਾਂਦਾ ਸੀ ਉੱਥੇ ਮਾਮੀ ਉਹਦੇ ਨਾਲ ਜਾਂਦਾ ਰਿਹਾ ਤੁਹਾਡੇ بڑے ਭਾਈ ਜਿਹੜੇ ਉਹਨਾਂ ਦਾ ਕੀ ਨਾਂ ਸੀ ਮੁਹੰਮਦ ਅਲੀਆਸ ਉਹ ਤੁਹਾਡੇ ਤੋਂ ਵੱਡੇ ਸਨ ਹਾਂਜੀ ਉਹ ਸਕੂਲ ਜਾਂਦੇ ਸਨ ਹਾਂਜੀ ਉਹ ਪੜ੍ਹਦੇ ਸੀ ਉਹ ਪੜ੍ਹ ਗਏ ਫਿਰ ਉਹ ਨਾ ਜੀ 7ਵੀਂ ਚ ਪੜ੍ਹਦੇ ਜਦੋਂ ਉੱਥੋਂ ਉੱਠੇ ਜਦੋਂ ਪਾਕਿਸਤਾਨ-ਇੰਦਸਤਾਨ ਤੋਂ ਹਾਂਜੀ ਪਰ 5ਵੀਂ ਤੱਕ ਉਥੋਂ ਪੜ੍ਹੇ ਉੱਥੇ ਫਿਰ ਉਹ ਲਾਗੇ ਮਕੇਰੀ ਜਾਂਦੇ ਸੀ ਮਕੇਰੀ ਤੁਹਾਡੇ ਤੋਂ ਕਿੰਨੀ ਦੂਰ ਸੀ ਕੋਈ ਮੇਰਾ ਖਿਆਲ ਆ ਭਾਈ ਕੋ 4-5 ਕਿਲੋ ਮੀਟਰ ਸੀ ਨੇੜੇ ਸੀ ਅੱਛਾ ਮਲਕ ਸਾਹਿਬ ਇਹੜਾ ਤੁਹਾਡਾ ਪਿੰਡ ਹੈ ਮਨਸੂਰਪੁਰ ਹਾਂਜੀ ਇਹ ਮੁਸਲਮਾਨ ਆਵਾਣਾ ਦਾ ਹੀ ਪਿੰਡ ਸੀ ਸਾਰਾ ਇੱਥੇ ਜੀ ਸਾਰੇ ਮੁਸਲਮਾਨ ਸਨ ਕੋਈ ਸਾਨ ਵਿੱਚ ਚਮਯਾਰ ਉਹਨਾਂ ਨੂੰ ਆਦੇ ਅੱਛਾ ਜੀ ਬੁੱਧ ਮਾਰ ਫੇ ਗਿਆ ਨਾ ਜੀ ਜੀ ਤੇ ਸਿੱਖਾਂ ਦਾ ਘਰ ਸੀ ਇੱਕ ਅੱਛਾ ਖੱਤਰੀਆਂ ਦੇ ਘਰਾਂ ਚੋਂ 4 ਵਾਜਵਾ ਹਾਂਜੀ ਬਾਕੀ ਸਾਰਾ ਮੁਸਲਮਾਨ ਮੁਸਲਮਾਨ ਆਵਾਨ ਆਵਾਨ ਉਹ ਤੁਹਾਡਾ ਪਿੰਡ ਜਿਹੜਾ ਉਹਦੇ ਵਿੱਚ ਜਿਹੜੇ ਨੰਬਰਦਾਰ ਕਿੰਨੇ ਸਨ ਨੰਬਰਦਾਰ ਜੀ ਉਹਦੇ ਵਿੱਚ ਕੋਈ ਸੀ ਉਹਦਾ ਇੱਕ ਸਨ ਹਾਂਜੀ ਉਹਨਾਂ ਦਾ ਕੀ ਨਾਮ ਸੀ ਉਹਦਾ ਨਾਮ ਸੀਗਾ ਤਾਜ ਜਲਾਨੀ ਤਾਜ ਜਲਾਨੀ ਤਾਜ ਜਲਾਨੀ ਉਹ ਵੀ ਆਵਾਨ ਸਨ ਆਵਾਨ ਸੀ ਇਹ ਤੁਹਾਡਾ ਪਿੰਡ ਪੱਕਾ ਸੀ ਕੱਚਾ ਸਾਰਾ ਹੀ ਕੱਚਾ ਸੀ ਕੋਈ ਇੱਕ ਦੋ ਘਰ ਵਿੱਚ ਪੱਕੇ ਸੀ ਇੱਕ ਦੋ ਘਰ ਪੱਕੇ ਸੀ ਉਸੀ ਅਗੇ 10-10 ਰੁਪਏ ਕੇ ਸਾਡੇ ਪਿੰਡ ਚ ਸਿੱਖ ਸਿੱਖਾਂ ਦਾ ਵੀ ਕੋਈ ਇੱਕ ਅਦਾਕਾਰ ਆਇਆ ਸੀ ਸਿੱਖ ਸਿੰਘਾਂ ਇੱਕ ਕਰ ਤੋਂ ਉਹਨਾਂ ਦੱਸਿਆ ਤੇ ਉਹ ਸੀ ਲੋਹਾਰ ਅੱਛਾ ਅੱਛਾ ਲੋਹਾਰਾ ਕੰਮ ਕਰਦਾ ਲੋਹਾਰੇ ਦਾ ਕੰਮ ਕਰਦੇ ਸਨ ਤੇ ਉਹਨਾਂ ਲਈ ਸੀ ਆ ਖਰਾਸ ਵਗੈਰਾ ਖਰਾਸ ਵੀ ਸੀ ਇੰਜ ਲਾਇਆ ਸੀ ਆਟਾ ਪੀਂਦੇ ਸੀ ਹਾਂ ਤੁਹਾਨੂੰ ਉਹਦਾ ਨਾਮ ਯਾਦ ਹੈ ਜੀ ਹਾਂ ਜੀ ਦੱਸੋ ਇੱਕ ਦਾ ਨਾਮ ਰਤਨ ਸੀ ਇੱਕ ਦਾ ਨਾ ਗਣੂ ਗਣ ਸਿੰਘ ਸੀ ਗਣ ਸਿੰਘ अच्छा अच्छा ਤੇ ਇੱਕ ਉਹਨਾਂ ਦਾ ਪਿਓ ਸੀ ਉਹ ਮੈਡੀਸਨ ਚ ਨਿਕਲੋ ਕਰਨਾ ਹਾਂਜੀ ਤੇ ਤੁਹਾਡੇ ਪਿੰਡ ਤੋਂ ਇੱਕ ਉਹਨਾਂ ਦਾ ਭਰਾ ਸੀ ਕਿਸ਼ਨਾ ਸੀ ਉਹ ਸਾਡੀ ਉਮਰ ਦਾ ਸੀ ਅੱਛਾ ਉਹ ਤੁਹਾਡੀ ਉਮਰ ਦਾ ਸੀ ਕਿਸ਼ਨਾ ਇਕੱਠੇ ਹਾਂਜੀ ਇਕੱਠੇ ਤੁਹਾਡਾ ਦੋਸਤ ਸੀ ਇਕੱਠੇ ਖੇਡਦੇ ਡੰਗ ਡੰਗਰ ਚਾਰਦੇ ਅੱਛਾ ਹਾਂਜੀ ਕਿਸ਼ਨਾ ਯਾਦ ਹੈ ਫਿਰ ਤੁਹਾਨੂੰ ਅਜੇ ਹਾਂਜੀ ਹਾਂਜੀ ਅੱਛਾ ਤੇ ਮਲਕ ਸਾਹਿਬ ਤੁਹਾਡੇ ਪਿੰਡ ਚ ਖੂਈਆਂ ਐ ਸਨ ਪਾਣੀ ਵਾਲੀਆਂ ਜੀ ਖੂਈਆਂ ਹੀ ਸਨ ਘਰਾਂ ਚ ਪਾਣੀ ਨਹੀਂ ਜਾਂਦੇ ਘਰਾਂ ਦੇ ਵਿੱਚ ਪਾਣੀ ਖੂਹੀਆਂ ਸਨ। ਮੁxtਲਫ ਥੋੜੀਆਂ ਸਨ। ਜੀ। 1 2 3 4 ਖੂਹੀਆਂ ਸੀ ਸਾਰੇ ਪਿੰਡ 'ਚ। ਅੱਛਾ। ਤੇ ਇੱਕ ਨਲਕਾ ਸੀ। ਕਿਸੇ ਘਰ 'ਚ ਕਿਉਂ ਜੇ ਬਾਹਰ ਲੱਗਿਆ। ਘਰ ਘਰ। ਉਹ ਕਿਹਦਾ ਘਰ ਸੀ? ਉਹ ਘਰ ਸੀ ਇਹ ਸਿਗਾ ਬੰਦਾ ਉਹ ਕਪਤਾਨ ਸੀ ਹਿੰਦੁਸਤਾਨ 'ਚੋਂ ਆ। ਅੱਛਾ ਫੌਜ ਕਪਤਾਨ। ਫੌਜ ਕਪਤਾਨ ਸੀ। ਅੱਛਾ ਅੱਛਾ ਅੱਛਾ। ਤੇ ਉਹਦੇ ਘਰ ਨਾਲ ਕਾ ਸੀ ਤੇ ਨਲਕਾ ਸਾਡੇ ਉਧਰ ਲੱਗਦਾ ਨਹੀਂ ਸੀ ਸਾਡੀ ਜਮੀਨ ਸੀ ਪਥਵੇਲੀ। ਅੱਛਾ ਜੀ ਥੱਲੇ ਪੱਥਰ ਬਾਉ ਸੀ ਜੀ ਜੀ ਉਹਨਾਂ ਖੂਈ ਕੱਢ ਕੇ ਤੇ ਖੂਈ ਵਿੱਚ ਨਲਕਾ ਲਾਇਆ ਸੀ ਅੱਛਾ ਉਹ ਅਸੀਂ ਦੇਖਿਆ ਹਿੰਦੁਸਤਾਨ ਚ ਨਲਕਾ ਉਦੋਂ ਤੇ ਬੜਾ ਚੇਸ਼ ਹੋਇਆ ਹੁਣ ਉਹ ਬੜਾ ਅੱਛਾ ਚਾਹ ਕੇ ਜੀ ਲੋਕ ਆਵੇਂ ਚਾਰ ਨਾ ਗੇੜ ਦੇ ਲੈਣੇ ਸੀ ਦੇਖਣ ਵਾਲੀ ਚੀਜ਼ ਸੀ ਇੱਕ ਨਵੀਂ ਚੀਜ਼ ਸੀ ਨਵੀਂ ਚੀਜ਼ ਸੀ ਨਾ ਹਾਂ ਜੀ ਤੇ ਉਹ ਉਹਨਾਂ ਦੇ ਘਰ ਸੀ ਬਾਕੀ ਖੂਈਆਂ ਸੀ ਖੂਈਆਂ ਤੇ ਉਹਨਾਂ ਰੱਖੇ ਸਨ ਮਾਛੀ ਅੱਛਾ ਜੀ ਉਹਨਾਂ ਰੱਖੀਆਂ ਸੀ ਮਖਸ਼ਾਂ ਮਸ਼ਕਾਂ ਜਿਹੜੀਆਂ ਪਾਣੀ ਭਰਨ ਵਾਲੀਆਂ ਚਮੜੇ ਵਾਲੀਆਂ ਚਮੜੇ ਦੀ ਜੀ ਜੀ ਕਿ ਉਹ ਤੁਸੀਂ ਰੱਖਿਆ ਸਵਾ ਮਸ਼ਕ ਦਾ ਖੜਾ ਮੈਂ ਮਸ਼ਕਲਾ ਰੱਖਿਆ ਜਿਹਨੇ ਆਪਣੀ ਆਪਣੀ ਲਗਤ ਵਾਸ ਠੀਕ ਹੈ ਕਿ ਉਹ ਮਸ਼ਕ ਨਾਲ ਪਾਣੀ ਦਿੰਦੇ ਸੀ ਦੋ ਟਾਈਮ ਅੱਛਾ ਸੱਕਾ ਸਾਡੇ ਨੂੰ ਆਲੇ ਸੀ ਜੀ ਸਰ ਕਿ ਜੇ ਬਦ ਘਟ ਜਾਏ ਤਾਂ ਫਿਰ ਆਪਨੇ ਹਣਾ ਪੈਂਦਾ ਸੀ ਹਾਂ ਹਾਂ ਠੀਕ ਠੀਕ ਮਸਜਿਦ ਵੀ ਐਸੀ ਤੁਹਾਡੇ ਪਿੰਡ ਮਸਜਿਦਾਂ ਸਾਡੇ ਪਿੰਡ ਜਿੰਨੇ ਖੂਸ ਹੁੰਦੀਆਂ ਮਸਜਿਦਾਂ ਸੀ ਅੱਛਾ ਇਦਾ ਮਤਲਬ ਹੈ ਆਬਾਦੀ ਚ ਵੱਡਾ ਸਾਰਾ ਪਿੰਡ ਸੀ ਬਹੁਤ ਵੱਡਾ ਪਿੰਡ ਸੀ ਅੱਛਾ ਜੀ ਹਾਂ ਜੀ ਜਿਹੜੀ ਉਸ ਸਾਡੇ ਜਿਹੜੇ ਸੀ ਨਾ ਆਵਾਣ ਸਾਰੇ ਜੀ ਇਹਨਾਂ ਵਿੱਚ ਇਹ ਪਿੰਡ ਵੱਡਾ ਸੀ ਮਨਸੂਰਪੁਰ ਜੀ ਇਹ ਤਾਂ ਛੋਟਾ ਸੀ ਉਹਦਾ ਨਾਂ ਸਿੰਘੋਵਾਲ ਸੀ ਸਿੰਘੋਵਾਲ ਬੜਾ ਮਸ਼ਹੂਰ ਪਿੰਡ ਹੈ ਹਾਂ ਜੀ ਸਿੰਘੋਵਾਲ ਹਾਂ ਜੀ ਮੈਂ ਅਗਲੇ ਦਿਨ ਇੱਕ ਬਜ਼ੁਰਗ ਆਵਾਣਾ ਆਵਾਣਾ ਦਾ ਇੰਟਰਵਿਊ ਲੈਣ ਗਿਆ ਹਾਂ ਸਿੰਘੋਵਾਲ ਦੇ ਸੰ ਹਾਂ ਜੀ ਹਾਂ ਜੀ ਸਿੰਘੋਵਾਲ ਦੇ ਜੀ ਹਾਂ ਜੀ ਹਾਂ ਜੀ ਅੱਛਾ ਤੇ ਉਹ ਜਿਹੜੇ ਤੁਸੀਂ ਕਪਤਾਨ ਸਾਹਿਬ ਦੱਸਦੇ ਹੋ ਹਾਂਜੀ ਉਹ ਤੁਸੀਂ ਵੇਖੇ ਨੇ ਪਰ ਅਬ ਇਥੇ ਪਾਕਿਸਤਾਨ ਚ ਆ ਗਏ ਹੁਣ ਥੋੜਾ ਸਰਵਾ ਸਾਡਾ ਮਾਮਾ ਲੱਗਦਾ ਸੀ ਤੁਹਾਡੇ ਮਾਮੂਸ ਹਨ ਹਾਂਜੀ ਦੂਰੋਂ ਡੇੜੇ ਮਾਮੂਸ ਅੱਛਾ ਅੱਛਾ ਤੇ ਹੁਣ ਉਹਦੇ ਘਰ ਸਾਡਾ ਭਤੀਜਾ ਵਿਆਹਿਆ ਅੱਛਾ ਅੱਛਾ ਮੇਰੇ ਤੋਂ ਵੱਡੇ ਦਾ ਮਾਮਣੇ ਦਾ ਬੇਟਾ ਉਹ ਵਿਆਹਿਆ ਅੱਛਾ ਹਾਂਜੀ ਤੇ ਮਲਕ ਸਾਹਿਬ ਇਹ ਤੁਹਾਡਾ ਪਿੰਡ ਜੜਾ ਹੈ ਹਾਂਜੀ ਇਹਦੀ ਜਿਹੜੀ ਜ਼ਮੀਨ ਚ ਕਾਸ਼ਤ ਹੁੰਦੀ ਸੀ ਜੀ ਉਹ ਖੂਹਾਂ ਨਾਲ ਸਰਾਬ ਹੁੰਦੀ ਸੀ ਜਾਂ ਨਹਿਰੀ ਪਾਣੀ ਸੀ ਜੀ ਪਹਿਲੇ ਤੇ ਅਸੀਂ ਜਿਹੜੀ ਦੇਖੀ ਹੈ ਨਾ ਨਹਿਰ ਸੀ ਪੈਂਜੀ ਕੁਛ ਇਲਾਕੇ ਨੂੰ ਅੱਛਾ ਜੀ ਹਾਂ ਜੀ ਤੇ ਉਹ ਨਹਿਰ ਸੀ ਛਮਾਈ ਅੱਛਾ ਪਾਣੀ ਪਿੱਛੋਂ ਆਉਣਾ ਰੁੜ ਰੁੜ ਕੇ ਅੱਛਾ ਅੱਛਾ ਇਹ ਆ ਜਾਣਾ ਜ਼ਿਆਦਾ ਖੁਲ ਥੋੜਾ ਆ ਜਾ ਹਾਂ ਜੀ ਤੇ ਖੂਬ ਹੀ ਸਾਡੇ ਦੇਖਦਿਆਂ ਫੇਰ ਮੁੜ ਕੇ ਲੋਕਾਂ ਨੇ ਲਵਾਏ ਪਹਿਲਾਂ ਕੋਈ ਨਹੀਂ ਸੀ ਤੇ ਤੁਹਾਡੇ ਫਸਲਾਂ ਕੀ ਹੁੰਦੀਆਂ ਸਨ ਸਾਡੇ ਫਸਲ ਸਾਰੀ ਹੁੰਦੀ ਸੀ ਮੱਕੀ ਬੜੀ ਹੁੰਦੀ ਸੀ ਜੀ ਉਂਝੀ ਬੜੀ ਹੁੰਦੀ ਸੀ ਹਾਂਜੀ ਕਮਾਦ ਬੜਾ ਹੁੰਦਾ ਸੀ ਕਪਾਹ ਵੀ ਹੁੰਦੀ ਸੀ ਹਾਂਜੀ ਜਿਹੜੀ ਜਿਹੜੀ ਫਸਲ ਕਾੜਦੇ ਸਾੜੇ ਉਤਰਤੀ ਸਾਰ ਹੁੰਦੀ ਸੀ ਜ਼ਮੀਨ ਤਖੜੀ ਸੀ ਹਾਂਜੀ ਆਲੂ ਵਗੈਰਾ ਜੋ ਵੀ ਲਾਓ ਚਨੇ ਵਗੈਰਾ ਹਰ ਹਰ ਫਸਲ ਹੁੰਦੀ ਸੀ ਤੁਹਾਡਾ ਜਿਹੜਾ ਅਵਾਨਾ ਦਾ ਬੈਲਟ ਹੈ ਅਵਾਨਾ ਦੇ ਕਿੰਨੇ ਕੁ ਪਿੰਡ ਸਨ ਉਸ ਏਰੀਏ 'ਚ ਇਹ ਗੱਲ ਹੈਗੀ ਪਈ ਸਾਨੂੰ ਕਿਹੜਾ ਗਿਣੇ ਆ ਅਸੀਂ ਅਨੇ ਅੰਦਾਜ਼ਾ ਹੀ ਹੈ ਅਸੀਂ ਬੱਚੇ ਅੰਦਾਜ਼ਾ ਹੀ ਹੈ ਅਸੀਂ ਸੁਣਿਆ ਸੀ ਉਦੋਂ ਪਈ ਪੰਜੀ ਤਰੀਕ ਪਿੰਡ ਉਦੋਂ ਸੀ ਜਦੋਂ ਉੱਠੇ ਹੈ ਅੱਛਾ ਹਾਂਜੀ ਜਦੋਂ ਉੱਥੇ ਇਹਤ ਕੀਤੀ ਹੈ ਨਾ ਉਦੋਂ ਸਿਆਣੇ ਮਨ ਦੇ ਦੱਸਦੇ ਹੁੰਦੇ ਸੀ ਤਰੀਕ ਪਿੰਡ ਸਾਡੇ ਹੈ ਇਹ ਇਹ ਤੁਹਾਡਾ ਜਿਹੜਾ ਏਰੀਆ ਹੁਸ਼ਿਆਰਪੁਰ ਦਾ ਇਹਦੇ ਪਹਾੜ ਪਾਸੇ ਪਹਾੜੀਆਂ ਨਹੀਂ ਸ਼ੁਰੂ ਹੋ ਜਾਂਦੀਆਂ ਜੀ ਗੱਲ ਇਹ ਆ ਪਈ ਅਸੀਂ ਲਾਮੇ ਸ਼ਾਮੇ ਤਾਂ ਗਾਇ ਨਹੀਂ ਨਾ ਪਤਾ ਆਪਣੇ ਪਿੰਡ ਦਾ ਸਾਨੂੰ ਪਤਾ ਹੈ ਜੀ ਸਾਡੇ ਪਿੰਡ ਦੇ ਲਾਗੇ ਪਰਾਂ ਰਿਸ਼ਤੇਦਾਰੀਆਂ ਹੁੰਦੀਆਂ ਨਾ ਜੀ ਜੀ ਇੱਧਰ ਸੀ ਰਾਜੀ ਵਾਲ ਲੰਘ ਕੇ ਜਾਣਾ ਗਾੜੀ ਪੜੇਰਾ ਆ ਜਾਣਾ ਅੱਗੇ ਮਰਾਰਪੁਰ ਆ ਜਾਣਾ ਉਹ ਤੋਂ ਅੱਗੇ ਇੱਕ ਪਿੰਡ ਸੀ ਉਹਦਾ ਨਾਂ ਸੀ ਜਹਰਪੁਰ ਉੱਥੇ ਤੱਕ ਹੀ ਜਾਂਦੇ ਨੇ ਉੱਥੇ ਸਾਡੀ ਫੁੱਫੀ ਹੁੰਦੀ ਸੀ ਹਾਂ ਜੀ ਤੇ ਉੱਥੇ ਨਾਲ ਪਰਾਂ ਉਦੋਂ ਫੇਰ ਪਹਾੜ 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 ਸ਼ੁਰੂ ਹੋ ਜਾਂਦਾ ਪਹਾੜ ਨਿੱਕੇ ਮੋਟੇ ਅੱਛਾ ਅੱਛਾ ਤੇ ਇਹ ਜਿਹੜੇ ਸੀ ਨਾ ਸਾਡੇ ਆਵਾਨ ਜੀ ਏ ਵੀ ਇੱਕ ਏਰੀਆ ਸੀ ਜਿਸ ਤਰ੍ਹਾਂ ਕਿਸੇ ਦੇ ਇੱਕ ਮਾਂ ਪਿਓ ਦੀ ਜ਼ਮੀਨ ਹੁੰਦੀ ਹੈ ਤਾਂ ਮੁੜ ਕੇ ਵੰਡ ਵੰਡ ਕੇ ਗਾੜੀ ਗਾੜੀ ਚੱਲ ਜਾਂਦੇ ਨੇ ਇੱਕ ਗੋਲਦਾਰਾ ਸੀ ਇਹ ਜਿਹੜੇ ਇਹ ਪਿੰਡ ਸੀ ਹਾਂਜੀ ਤੇ ਇਹਦੇ ਬਾਹਰ ਫੇਸੇ ਤਰ੍ਹਾਂ ਇਸੇ ਪੇ ਕੋਈ ਜਿਹੜੇ ਮੁਸਲਮਾਨ ਸੀ ਆਵਾਂ ਕੋਈ ਨਹੀਂ ਸੀ ਆਵਾਂ ਨੇ ਨਾ ਪਿੰਡਾਂ ਦੇ ਵਿੱਚ ਸਾਡੇ ਜਿੱਦਾਂ ਉਹ ਖੱਤਰੀ ਸਾਡੇ ਪਿੰਡ ਸੀ ਇਹਨਾਂ ਪਿੰਡਾਂ 'ਚ ਸੀ ਨੇ ਕਿ ਦੋ ਦੋ ਦੁਕਾਨਾਂ ਉੱਥੇ ਹੁੰਦੀਆਂ ਖੱਤਰੀਆਂ ਦੀ ਜੀ ਜੀ ਮੁਸਲਮਾਨ ਦੁਕਾਨ ਪੁੰਦਾ ਕੋ ਨਹੀਂ ਹੂੰ ਹੂੰ ਤੇ ਉਹ ਫਿਰ ਉਹਨਾਂ ਨੇ ਜਿਹੜੇ ਇਹ ਮੁਸਲਮਾਨ ਆਲਾਮੇ ਸਨ ਲੈ ਕੋਈ ਗੁੱਜਰ ਹੋਇਆ ਕੋਈ ਡੋਗਰ ਹੋਇਆ ਕੋਈ ਹੋਇਆ ਜੇ ਕਾਰੋਬਾਰ ਕੋ ਕਰਨ ਵਾਲੇ ਬੰਦੇ ਉਹ ਹੁੰਦੇ ਸਨ ਜਿਹੜੀ ਆਵਾਰਾਂ ਬਾਣਾ ਦਾ ਇਹ ਇੱਕ ਕਿਤਾ ਸੀ ਹਾਂਜੀ ਉਹਦੇ ਵਿੱਚ ਹੋਰ ਲੋਕ ਨਹੀਂ ਸਰ ਘੱਟ ਸਨ ਤੁਹਾਡੇ ਪਿੰਡ ਖੱਤਰੀ ਵੀ ਆ ਸਨ ਖੱਤਰੀ ਹੈ ਸਨ ਸਰ ਟਵਾਨਾ ਸਨ ਜੀ ਦੁਕਾਨ ਕਿੰਨੀਆਂ ਕੋ ਦੁਕਾਨਾਂ ਸਣਜੀ ਖੱਤਰੀਆਂ ਦੀ ਇੱਕ ਕਪੜੇ ਦੀ ਸੀ ਜੀ ਤਿੰਨ ਕੁ ਕੁਰਾਨੇ ਦੀ ਚਾਰ ਸਣ ਅੱਛਾ ਹਾਂ ਜੀ ਤੁਹਾਨੂੰ ਕੋ ਨਾਮ ਯਾਦ ਹੈ ਉਹਨਾਂ ਖੱਤਰੀਆਂ ਪਿਆਰਾ ਸੀ ਇੱਕ ਹਾਂ ਜੀ ਇੱਕ ਮੋਹਨ ਸਿੰਘ ਸੀ ਮੋਣਾ ਉਹਨਾਂ ਦਾ ਸੀ ਹਾਂ ਜੀ ਤੇ ਇੱਕ ਸੀਗਾ ਮਨੁਆਲੇ ਸੀ ਸੰਤਾ ਮਰੋਹਾ ਬਰੋਹਾ ਹਾਂ ਜੀ ਅੱਛਾ ਅੱਛਾ ਇਹ ਚਾਰ ਕੁ ਸੀ ਮੁੱਦਤ ਹੋ ਗਈ ਐ ਇਸ ਗੱਲ ਨੂੰ ਮਰਵਾ ਲਈ ਨਹੀਂ ਨਹੀਂ ਤੁਹਾਡੀ ਬੜੀ ਆਦਤ ਸੀ ਤੁਹਾਡੇ ਨਾਨਕੇ ਕਿੱਥੇ ਸਨ ਨਾਨਕ ਸਾਡੇ ਪਿੰਡ 'ਚ ਸੀ ਪਿੰਡ 'ਚ ਹਾਂਜੀ ਪਿੰਡ 'ਚ ਆਮ ਸਾਡੇ ਉਹ ਪਿੰਡ ਸੀ ਨਜ਼ਦੀਕ ਨਜ਼ਦੀਕ ਹੀ ਹਾਂ ਆਮ ਲੋਕ ਉਸ ਨਾਲ ਰਿਸ਼ਤਾ ਪੁਬ ਚੀ ਕਰਦੇ ਸੀ ਹਾਂ ਬਾਹਰ ਘਟ ਕਰਦਾ ਹੀ ਘਟ ਸੀ ਹਾਂਜੀ ਨਾਨਕੇ ਮਾਮੇ ਸਾਡੇ ਤੁਹਾਡੇ ਇਹ ਜਿਹੜਾ ਪਿੰਡ ਨੇ ਅਵਾਣਾ ਦੇ ਜਾਂ ਤੁਹਾਡੇ ਇਰਤ ਗਿਰਦ ਕੋਈ ਮਸ਼ਹੂਰ ਆਦਮੀ ਜਿਸ ਤਰ੍ਹਾਂ ਕੋ ਜ਼ੈਲਦਾਰ ਹੁੰਦਾ ਹੈ ਬਹੁਤ ਬਰਾਦਮੀ ਹੁੰਦਾ ਉਹ ਕੋਈ ਹਸੀ ਇਸਲਾਮ ਦਾ ਬੰਦਾ ਸਾਡੇ ਪਿੰਡ ਦੇ ਲੱਗ ਜਿਹੜਾ ਪੰਡੇਰਾ ਸੀ ਨਾ ਜੀ ਪੰਡੇਰਾ ਪੰਡੇਰਾ ਉਹ ਉੱਥੇ ਚੌਧਰੀ ਸੀ ਉਹਦਾ ਨਾਮ ਸੀ ਅਫਦਲ ਕਰੀਮ ਅਫਦਲ ਕਰੀਮ ਅਫਦਲ ਕਰੀਮ ਉਹ ਭਰਾਲ ਚਾਰ ਪੰਜ ਸੀ ਤੇ ਸਾਰੇ ਚੌਧਰੀ ਤਾਂ ਨਹੀਂ ਨਾ ਹੁੰਦੇ ਜੀ ਅੱਛਾ ਹਾਂਜੀ ਜੀ ਉਹ ਮਸ਼ਹੂਰ ਸੀ ਸਾਡੇ ਅੱਛਾ ਉਹ ਇੱਧਰ ਹੁੰਦੇ ਆ ਇੱਧਰ ਆਉਂਦਾ ਹੁੰਦਾ ਸੀ ਇਸ ਪੰਜਾਬ ਇਸ ਪੰਜਾਬ ਚੜਦੇ ਪੰਜਾਬ ਹਾਂਜੀ ਅੱਛਾ ਅੱਛਾ ਇੱਥੇ ਆਉਂਦਾ ਸੀ ਤੇ ਉਹ ਸਾਨੂੰ ਫਿਰ ਤਾਂ ਪਤਾ ਲੱਗਾ ਨਾ ਵੀ ਜਦੋਂ ਇਹ ਆ ਰੌਲਾ ਪਿਆ ਹੈ ਨਾ ਜੀ ਜੀ ਕਿ ਉਦੋਂ ਇਹ ਪਾਰਟੀਆਂ ਬਣੀਆਂ ਨੇ ਤਿੰਨ ਜੀ ਕਾਂਗਰਸ ਤੇ ਮੁਸਲਮਨੀ ਤੇ ਜੂਨਸ ਤੇ ਉਹ ਫਿਰ ਇਹਦੇ ਨੂੰ ਦੌਲਤਾਨਾ ਵਰੀ ਜਿਹੜੇ ਸਨ ਨਾ ਜੀ ਜੀ ਇਹ ਸਾਡੇ ਉੱਥੇ ਗਿਆ ਸਾਡੇ ਉੱਥੇ ਸੀ ਬੰਗਲਾ ਅੱਛਾ ਸਾਈਂ ਦੀ ਬਾਹਰ ਸ਼ਾਇਦ ਉਹਨਾਂ ਦੇ ਸੀ ਉੱਥੇ ਜਲਸਾ ਨਾ ਕੀਤਾ ਉੱਥੇ ਅਸੀਂ ਦੇਖਿਆ ਸੀ ਇਹ ਸਪੀਕਰ अच्छा लॉर्ड स्पीकर लॉर्ड स्पीकर सुनया ਵੀ ਨਹੀਂ ਸੀ ਕਰ ਗਿਆ ਇਹ ਇਨਾਂ ਨੇ ਫੇ ਉੱਥੇ ਜਾ ਕੇ ਤਕਰੀਰ ਕੀਤੀ ਸਾਰੇ ਵੱਡੇ ਵੱਡੇ ਗਏ ਤੇ ਇਹ ਉਹ ਦਲਕ੍ਰੀਮ ਜਿਹੜਾ ਸੀ ਉਹ ਪ੍ਰਜਾਤੁਰ ਦਾ ਸੀ ਚੌਹਰੀ ਸੀ ਤੇ ਉਹ ਆਵਾਜ਼ ਹਿਸਾਬ ਨਾਲ ਸਾਰੇ ਬਾਣਾ ਚੌਹਰੀ ਸੀ ਅੱਛਾ ਓਏ ਹੱਸ ਤਾਂ ਹੁੰਦੇ ਹੀ ਰਹਿੰਦੇ ਨੇ ਮੈਂ ਤੁਹਾਡਾ ਕੰਮ ਨਾ ਵੀ ਰਣਾ ਇਹ ਕਰਦਾ ਤੁਸੀਂ ਮੇਰਾ ਕਰ ਦਿਓ ਉਹ ਕੋਈ ਗੱਲ ਨਹੀਂ ਵੀ ਹਸੀ ਉਹ ਚੌਹਰੀ ਨੂੰ ਲੋਕ ਮੰਨਦੇ ਸਨ ਹਾਂਜੀ ਤੇ ਜਿੰਨਾ ਚਿਰ ਰਹਿ ਨਹੀਂ ਉਹ ਚੌਧਰੀ ਰਹੀ ਉਹਦੀ ਇੱਧਰ ਆ ਕੇ ਵੀ ਮੁੜ ਕੇ ਨਾ ਉਹਨੇ ਚਾਉਂਦਰ ਕੀਤੀ ਲਾ ਰਿਆ ਹਾਂਜੀ ਤੇ ਇੱਕ ਸਾਡੇ ਸੀ ਉਹ ਤਾਜਲਾਨੀ ਜਿਹੜਾ ਤੁਹਾਨੂੰ ਦੱਸਿਆ ਜਿਹੜਾ ਕਪਤਾਨ ਸਾਹਿਬ ਦਾ ਨਹੀਂ ਉਹ ਸੀ ਲੰਬਰ ਜਿਹੜਾ ਹਾਂ ਲੰਬਰਦਾਰ ਉਹ ਵੀ ਚੰਗਾ ਬੰਦਾ ਸੀ ਚਾਉਂਦਰੀ ਸੀ ਤੁਹਾਡੇ ਤੋਂ ਹਿਸ਼ਾਰਪੁਰ ਕਿੰਨੇ ਦੂਰ ਸੀ ਹਿਸ਼ਾਰਪੁਰ ਸਾਹ ਤੋਂ ਕਾਫੀ ਦੂਰ ਸੀ ਅੱਛਾ ਅੱਛਾ ਹਿਸ਼ਾਰਪੁਰ ਅਸੀਂ ਧੱਕੇ ਸਾਡੇ ਬਾਲਕ ਦੋੜੀ ਜਾਂਦੇ ਸੀ ਫੇ ਸਾਰੀ ਉਮਰ ਨਹੀਂ ਗਏ ਅੱਛਾ ਨਾ ਕੰਮ ਪਿਆ ਨਾ ਗਿਆ ਕੰਮ ਇਹੋ ਜ਼ਿੰਮੇਵਾਰਾ ਨਹੀਂ ਹੁੰਦਾ ਨਾ ਕਿਤੇ ਇੰਤਕਾਲ ਹੋਣਾ ਹੁਣਾ ਹੋਵੇ ਤੇ ਉਹਨਾਂ ਕਿਤਾਬਾਂ ਲੱਦੀਆਂ ਹੁਣੀਆਂ ਤਹਿਸੀਲਦਾਰ ਕਾਨੂੰਗੋ ਵਗੈਰਾ ਸਾਰਿਆਂ ਨੇ ਪਟਵਾਰੀ ਲਾਉਣਾ ਤੇ ਆ ਕੇ ਇੰਤਕਾਲ ਪਿੰਡ ਕਰਦੇ ਆ ਉਹਾਂ ਦੇ ਸਾਰੀ ਉਮਰ ਗਏ ਹੀ ਨਹੀਂ ਇਸ਼ਾਰਾ ਆਪਣੇ ਜ਼ਿਲ੍ਹੇ 'ਚ ਨਹੀਂ ਗਏ ਹੂੰ ਹੂੰ ਤੇ ਅਸੀਂ ਕਿੱਥੇ ਜਾਣਾ ਸੀ ਜੀ ਕਾਫੀ ਦੂਰ ਸੀ ਉਹ ਇੱਕ ਪਾਸਾ ਸੀ ਨਾ ਜਿੱਦਾਂ ਹੁਣ ਤੁਹਾਡੇ ਕੋਈ ਹਾਲਾਤ ਪਿੰਡੀ ਪੱਟੀਆਂ ਕਿੱਥੇ ਅੱਛਾ 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 ਬੜੀ ਦੂਰ ਉਹ ਇਸ ਤਰ੍ਹਾਂ ਦਾ ਕੰਮ ਸੀ ਜਿਹਦੇ ਚਾਹ ਦੇ ਨਾਂਬ ਪੜੇ ਹੁੰਦੇ ਸਨ ਆਮ ਬਸਾਡੇ ਬੜੇ ਸੀ ਤੁਹਾਡੇ ਪਿੰਡ ਚ ਵੀ ਐਸਾ ਹਾਂਜੀ ਲੋਕਾਂ ਨੇ ਆਪ ਬਾਗ ਲਾਇਆ ਸੀ ਨਹੀਂ ਬਾਗ ਸਾਡੇ ਪਿੰਡ ਕੋਈ ਨਹੀਂ ਸੀ ਖੁਦ ਰੋ ਅੱਲਾ ਵੱਲੋਂ ਆਮ ਨਹੀਂ ਸਾਮ ਸੰਭਾਲਦਾ ਕਰਨੀ ਪੈਂਦੀ ਨਾ ਆਮ ਦਾ ਬੂਟਾ ਪਾਣਾ ਪੈਂਦਾ ਜੀ ਜੀ ਹਾਂਜੀ ਕਿਕਰ ਤਾਂ ਆਪ ਹੀ ਹੋ ਜਾਂਦਾ ਆਮ ਸੀ ਤੇ ਏਡੇ ਏਡੇ ਸੀ ਭਈ ਦੋ ਦੋ ਕਨਾਲਾਂ ਥਾਂਜ ਬੀਨਾਂ ਨਾਲੇ ਰੋਕੀ ਸੀ ਅੱਛਾ ਇਹਨੇ ਘਨੇ ਇਹਨੇ ਨੇ ਵੱਡੇ ਤੇ ਬੋੜੇ ਬੋੜੇ ਮੋਟੇ ਪਿੰਡ ਥੱਲੇ ਹੁੰਦੇ ਸੀ ਹਾਂਜੀ ਤੇ ਉਹ ਆਂਬ ਸਾਡੇ ਉਸ ਤਰਸੀ ਦੇ ਉੱਤੇ ਐਜਾ ਤਾਂ ਕਈ ਕੁਛ ਕਰਦੇ ਉਹਨਾਂ ਕੋਈ ਕੁਛ ਨਹੀਂ ਕਰਦਾ ਇਹ ਡਾਂਬ ਆ ਲੱਗਦਾ ਸੀ ਨਾ ਤੁਖਮੀ ਆਂਬ ਸੀ ਸਾਰੇ ਹਾਂਜੀ ਕਲਮੀ ਕੋਈ ਨਹੀਂ ਸੀ ਉਹਦਾ ਜ਼ਾਇਕਾ ਯਾਦ ਹੈ ਤੁਹਾਨੂੰ ਅਜੇ ਤੇ ਕਰ ਲਓ ਜੀ ਜ਼ਾਇਕਾ ਖਾਦਾ ਹੋਇਆ ਉਹਦਾ ਵੀ ਯਾਦ ਭੁੱਲ ਜਾਂਦਾ ਯਾਦ ਹੈ ਨਾ ਯਾਰ ਠੀਕ ਹੈ ਉਹ ਬੜਾ ਕੰਮ ਆਂਬ ਸੀ ਇਹ ਤਾਂ ਸਹੀ ਗੂਠੇ ਗੂਠੇ ਸੀ ਪਿੰਡ 'ਚ ਤੋੜੇ ਉਹਨਾ ਪਿੰਡਾਂ ਦੇ ਦੁਆਲੇ ਜੀ ਕਿ ਮੰਦੇ ਲੋਕ ਵੀ ਹੁੰਦੇ ਨੇ ਨਾ ਹਾਂਜੀ ਭੈੜੇ ਨਾਚ مشهور ਉਹ ਵੀ ਕੋਈ ਐਸੀ ਦੇਖੋ ਜੀ ਭੈੜੇ ਬੰਦੇ ਜਿਹੜੇ ਹੁੰਦੇ ਆ ਉਹ ਤਾਂ ਹਰ ਪਿੰਡ ਚ ਹੀ ਹੁੰਦੇ ਨੇ ਹਾਂਜੀ ਸਾਡੇ ਪਿੰਡ ਵਿੱਚ ਵੀ ਭੈੜੇ ਬੰਦੇ ਸੀ ਅਵਾਨ ਵੀ ਕੋਈ ਇਹ ਤਾਂ ਨਹੀਂ ਨੇ ਰਹੀ ਸੀ ਤੇ ਜਿਹੜਾ ਬੰਦਾ ਨਾਲੇ ਉਹ ਦੌਰ ਕੁਸ਼ੂਰ ਸੀ ਉਦੋਂ ਕੁਝ ਦਬ ਦੁਆਰ ਰੱਖਣਾ ਪੈਂਦਾ ਸੀ ਹਾਂਜੀ ਹਾਂਜੀ ਤੇ ਦਬਦਬਾ ਤੁਹਾਨੂੰ ਪਤਾ ਭਈ ਪ੍ਰਲੇਮਾਨ ਤੋਂ ਜਾਣਦਾ ਕੋਈ ਨਹੀਂ ਇਹੋ ਜੇ ਬੰਦੇ ਨਾ ਹੁੰਦਾ ਹਾਂਜੀ ਤੇ ਪੇੜਾ ਹਰ ਬੰਦਾ ਪਿੰਡ 'ਚ ਹੁੰਦਾ ਹੁਣ ਆ ਜਿਹੜੇ ਸਫਾਈ ਦੇਣ ਸਾਡੇ ਪਿੰਡ ਨਹੀਂ ਤੇ ਇੱਥੇ ਭੜੇ ਨਹੀਂ ਮੈਂ ਅਰਜ਼ੇ ਕੀਤੀ ਹੈ ਕਿ ਇੱਕ ਬੰਦੇ ਹੁੰਦੇ ਨੇ ਨਾ ਉਸ ਜ਼ਮਾਨੇ 'ਚ ਡੰਗਰਾਂ ਦੀ ਚੋਰੀ ਝੁੱਗੇ ਦੀ ਚੋਰੀ ਖੇਚਤ ਰੋ ਡੰਡਾ ਸੋਟਾ ਉਹ ਜੀ ਗੱਲ ਹੈਗੀ ਤੁਹਾਨੂੰ ਦੱਸਦੇ ਨੇ ਨਾ ਕਿ ਸਾਡਾ ਜਿਹੜਾ ਪਿੰਡ ਸੀ ਨਾ ਬਹੁਤ ਵੱਡਾ ਸੀ ਹਾਂ ਤੇ ਉਹ ਜਿਹੜਾ ਪਿੰਡ ਦੇ ਵਿੱਚ ਚੋਰ ਸੀ ਜਿਹੜੇ ਆ ਝੁੱਗਿਆਂ ਦੀ ਚੋਰੀ ਕਰਦੇ ਐਸਾ ਨਾ ਹਾਂਜੀ ਪਿੰਡ ਦੇ ਵਿੱਚ ਅਵਾਨੀ ਸਨ ਅਵਾਨੀ ਬੜੇ ਨਾਮ ਵਾਲੇ ਨਾਮੀ ਆਦਮੀ ਨਾਮੀ ਦਾ ਜਿਹੜਾ ਚੋਰੀ ਕਰਨ ਲੱਪੇ ਬਰਮਾਸ਼ ਹੋ ਜਾ ਨਾਮੀ ਆਪੇ ਹੋ ਜਾਂਦਾ ਨਾਮ ਯਾਦ ਹੈ ਹਾਂਜੀ ਤੇ ਹੋਰ ਸਾਡੇ ਡੰਗਰ ਦੀ ਚੋਰੀ ਨਹੀਂ ਸੀ ਅੱਛਾ ਝੁੱਗਿਆਂ ਝੁੱਗਿਆਂ ਦੀ ਚੋਰੀ ਝੁੱਗਿਆਂ ਦੀ ਚੋਰੀ ਸੀ ਅੱਛਾ ਡੰਗਰ ਦੀ ਚੋਰੀ ਨਹੀਂ ਸੀ ਕਿਉਂ ਸਾਡੇ ਉੱਥੇ ਉਰਲੇ ਪਾਸੇ ਸੀ ਦਰਿਆ اچھا ਕਿਹੜਾ ਦਰਿਆ ਦਰਿਆ ਸਤਲੁਜ ਨਹੀਂ 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 ਬਿਆਸ ਬਿਆਸ اچھا ਸਾਡੇ ਬਿਆਸ ਨੇੜੇ ਸਾਨੂੰ ਪਾਣੀ ਬਿਆਸ ਤਾਂ ਜਾਂਦਾ ਸੀ ਹੂੰ ਹੂੰ ਤੇ ਉਥੋਂ ਇਹ ਜਿਹੜਾ ਪੁਲ ਹੈ ਜਿਹੜਾ ਤਾਂ ਬਹੁਤ ਦੂਰ ਸੀ ਤੁਹਾਨੂੰ ਦੱਸੀ ਗੱਲ ਹੂੰ ਤੇ ਨਾਲੇ ਸਾਡੇ ਇਲਾਕੇ ਡੰਗਲ ਚੋਰੀ ਕਰਦਾ ਕੋਈ ਲੁਕਾਉਣ ਵਾਲਾ ਹਣੀ ਸੀ ਤੇ ਝੁੱਗੀ ਦਾ ਚੋਰ ਤਾਂ ਦਾ ਜੇਬ ਦਾ ਹਾਂਜੀ ਤੇ ਉਹ ਫਿਰ ਝੁੱਗੀ ਦੀ ਚੋਰੀ ਸਾਡੇ ਸੀ ਤੇ ਉਹਦਾ ਚੋਰੀ ਕੋਈ ਨਹੀਂ ਸਵਾਨ ਸਾਹਿਬ ਤੁਸੀਂ ਉੱਥੇ ਰਹਿੰਦੇ ਆ ਤੁਹਾਨੂੰ ਮਾਸ਼ਾਅੱਲਾ ਕਾਫੀ ਹੋਸ਼ ਹੈ ਸਮਝ ਵੀ ਹੈ ਲੋਕਾਂ ਦੇ ਨਾਮ ਵੀ ਤੁਹਾਨੂੰ ਯਾਦ ਨੇ ਹਾਂ ਜੀ ਫਿਰ 1947 ਦਾ ਜਦੋਂ ਵਾਕਿਆ ਸ਼ੁਰੂ ਹੋਇਆ ਮਾਮਲਾ ਸ਼ੁਰੂ ਹੋਇਆ ਹਾਂਜੀ ਹਾਂਜੀ ਇਹ ਕਿਸ ਤਰ੍ਹਾਂ ਵਾਪਰਿਆ ਕਿਵੇਂ ਹੋਇਆ ਕਿਵੇਂ ਤੁਹਾਨੂੰ ਪਤਾ ਲੱਗਾ ਇਹ ਜਿਹੜਾ ਜੀ ਹੈਗਾ ਨਾ ਜਦੋਂ ਇਹ ਕੰਮ ਸ਼ੁਰੂ ਹੋਇਆ ਨਾ ਜੀ ਪਹਿਲਾਂ ਤਾਂ ਹੁੰਦਿਆ ਸੀ ਅਖਵਾਵਾ ਹੀ ਪਹਿਲਾਂ ਉਹ ਜੀ ਫਲਾਣੇ ਤਾਂ ਇਦਾਂ ਹੋ ਗਈ ਫਲਾਣੇ ਤਾਂ ਇਦਾਂ ਹੋ ਗਈ ਹਾਂਜੀ ਅਖਵਾ ਹੀ ਹੁੰਦੀ ਨਾ ਜੀ ਹੋ ਫੇਰ ਮੁੜ ਕੇ ਤੇ ਸਾਡੇ ਉੱਥੇ ਜਿਹੜੇ ਤੁਹਾਨੂੰ ਦੱਸਿਆ ਲਾਗੇ ਲਾਗੇ ਪਿੰਡ ਸੀ ਉਹ ਜਿਹੜਾ ਪਿੰਡ ਤੁਹਾਨੂੰ ਦੱਸਿਆ ਨਾ ਪਡੋਰੀ ਜੀ ਉੱਥੇ ਹਿੰਦੂ ਸੀ ਉਹਨਾਂ ਵਿਆਹ ਆਉਂਦੇ ਸੀ ਅੱਛਾ ਉਹ ਛੱਡ ਕੇ ਨਿਕਲ ਗਏ ਅੱਛਾ ਬੈਠੇ ਸੀ ਇਹ ਅਜੇ ਕੋਈ ਉਹਨੂੰ ਹਲ ਹਲਾ ਨਸ ਜੀ निगल गए तो गए लोग कहने लगे कि बनया वो चंदा से हर रंग दे बंदे हुंदे जी जी ओ बंदे गया ओना उठ लूट को भी करके ले आंदी ਤੁਹਾਡੇ ਪਿੰਡ ਦੇ ਆਹੋ ਨਾਲ ਜੀ ਸੀ ਜੀ ਜੀ ਜਿੱਦਾਂ ਹੁਣ ਇੱਥੋਂ ਅਨੇਕੇ ਪਿੰਡ ਜਾਣਾ ਹੋਵੇ ਜ हां जी ਤੇ ਉਹ ਫਿਰ ਧੱਗਾ ਸੀ ਸਾਨ ਇੱਕ ਬੜਾ ਵੱਡਾ ਸਾਨ ਸਾਡੇ ਰੱਖੇ ਹੁੰਦੇ ਸੀ ਗਾਈਆਂ ਬਾਸ ਤੇ ਲੋਕਾਂ ਸਰਕਾਰੀ ਜੀ ਉਹ ਹਲਾਲ ਕਰ ਲਿਆ ਹਲਾਲ ਜਿਹਲੇ ਕਰ ਲਿਆ ਤੇ ਉਹ ਖਾਦਾ ਲੋਕਾਂ ਨੇ ਤੇ ਉਹ ਨੀਜੀ ਚਰਬੀ ਹੁੰਦੀ ਹੈ ਸਾਰੇ ਲੋਕਾਂ ਨੂੰ ਪੋਟੀਆਂ ਲੱਗੀਆਂ ਪੈਣ। ਹੂੰ ਤੇ ਸੇਸ ਲੱਗ ਗਏ। ਉਹ ਫਿਰ ਜਿਹਲੇ ਉਹ ਉਝੜ ਗਏ ਨਾ ਉਥੋਂ ਫੇਰਾਂ ਨੇ ਲੁੱਟਮਾਰ ਕੀਤੀ। ਅੱਛਾ। ਕੀਤੀ ਤਾਂ ਉਹ ਫੇਰ ਲੋਕ ਜਿਹੜੇ ਸੀ ਬਾਹਰੋਂ ਫੇਰ ਆਉਣ ਲੱਗ ਪਏ ਸਾਡਾ ਪ੍ਰਿੰਸੀਪਲ ਬਹੁਤ ਵੱਡਾ। ਅੱਛਾ ਜੀ। ਐ ਮਸ਼ਹੂਰੀਆਂ ਹੁੰਦੀਆਂ ਪਿੰਡਾਂ ਦੀਆਂ। ਆਹ ਆਮ ਅਖਬਾਰ ਬਲਾਮੇ ਸੀ ਪੇ ਮਸੂਰ ਪਰ ਵੀ 100 ਬੰਦੂਕ ਹੈ। ਅੱਛਾ। ਹੋਵੇ ਭਾਵੇਂ ਕਦੇ ਨਾ। ਹੂੰ। ਉਹ ਰੇਕੜੇ ਰੁਕੜੇ ਦੇ ਸੀ ਚਿਲਾਉਣ ਵਾਲੇ ਜਿਹੜੇ ਸੀਗੇ ਇਹ ਫੇਰ ਮੁੜ ਕੇ ਤੇ ਉੱਥੋਂ ਜਿੱਲੇ ਆਉਣ ਲੱਗ ਪਏ ਨਾ ਲੋਕੀ ਜਿੱਥੇ ਤੁਹਾਨੂੰ ਦੱਸਿਆ ਨਾ ਕਿ ਕਾਰੇ ਦਿਖਾਰੇ ਘਰ ਸੀ ਲੋਕ ਕੋ ਗੁੱਜਰ ਕੋਈ ਹੋਰ ਬਣਾ ਇਹੋ ਕਹਿਣ ਲੱਗੇ ਕਿ ਗੱਲ ਹੋਈ ਫੇਰ ਜਿੱਲੇ ਆਉਣ ਲੱਪੇ ਤੇ ਬਾਵਾ ਹੀ ਆਉਣ ਲੱਪੇ ਹੂੰ ਤੰਗ ਜੁਗਾਂ ਲੱਪੇ ਜੀ ਜੀ ਇਹ ਫੇਰ ਮੁੜ ਕੇ ਤੇ ਇਹਨਾਂ ਨੇ ਕੁਛ ਹਲ ਹਲਾ ਕਰਨਾ ਸ਼ੁਰੂ ਕਰਤਾ ਬਸ ਕੰਨ ਲਾ ਪਿਆ ਤੇ ਗਏ ਪਿੰਡ ਇੱਕ ਦੋ ਇਹਨਾਂ ਨੇ ਲੂਟੇ ਲੂਟੇ ਹਕੂਮਤ ਉਹ ਦੋ ਸੀ ਇਹਦੀ ਗਰੇਈ ਦੀ ਹੂੰ ਉਹ ਜੇ ਕਿਸੇ ਨੇ ਕਿੰਨੇ ਚੀਜ਼ਾਂ ਲੈਂਦਾ ਕੋਈ ਕਮਾਅ ਸੀ ਨਪਿਆ ਕੋਈ ਟੋਆ ਕੱਢੇ ਕਿਤੇ ਨਪਿਆ ਨਾਪਦੇ ਫਿਰ ਵੀ ਸ਼ਿਕਾਇਤ ਨਾ ਹੋ ਜਾ ਹੂੰ ਹਾਂਜੀ ਹੂੰ ਹੂੰ ਉਹ ਇੱਕ ਦਿਨ ਗਏ ਦੂਜੇ ਦਿਨ ਫੇਰ ਗਏ ਤੇ ਗਏ ਤੇ ਇੱਕ ਸੀ ਜਾਂਦੇ ਸਤੂ ਜਿਲ੍ਹੇ ਲੋਕ ਉਜੜ ਕੇ ਆਉਣ ਲੱਗ ਪਏ ਸਾਡੇ ਕੋ ਹੂੰ ਹੂੰ ਫੇਰ ਤੇ ਇਹ ਜਿਹੜਾ ਤੁਹਾਨੂੰ ਲੱਸੀ ਨਾ ਚੌਧਰੀ ਉਹ ਦਲਕ੍ਰੀਬ ਹੂੰ ਰੇਡੀਓ ਇਹਦੇ ਕੋਲ ਹੀ ਸੀ ਅੱਛਾ ਜੀ ਇਹਨੇ ਲਿਆਂਦਾ ਵੀ ਹੋਣਾ ਸੀ ਉਹ ਫੇ ਲੋਕਾਂ ਨੇ ਸ਼ਾਮ ਨੂੰ ਬੇਲੇ ਹੋ ਗਏ ਸਾਰੇ ਲੋਕਾਂ ਚੱਲੇਣਾ ਖਬਰਾਂ ਕਿੱਥੇ ਚੱਲੇ ਭਾਈ ਖਬਰਾਂ ਸੁਣ ਚੱਲੇ ਉੱਥੇ ਜਿਹੜੇ ਜਾਣਾ ਜਾ ਕੇ ਤਾਂ ਬੈਠਣਾ ਰਾਤ ਤੇ ਫੇ ਆ ਕੇ ਕਹਿਣਾ ਜੀ ਚੌਰੀ ਦਾ ਰੇਡੀਓ ਬੋਲਿਆ ਭਈ ਇੱਥੋਂ ਤੱਕ ਪਾਕਿਸਤਾਨ ਬਣ ਗਿਆ ਐ ਹੱਦ ਪਾਕਿਸਤਾਨ ਦੀ ਫੇਰ ਮੁੜ ਕੇ ਤਾਂ ਫੇਰ ਕਹਿਣ ਲੱਗੇ ਨਹੀਂ ਇੱਕਦਮ ਸਾਡੇ ਉਸ ਇਲਾਕਾ ਜਿਹੜਾ ਨਾ ਉੱਥੇ ਨਾਰਾਵਾਜੀ ਵੀ ਹੋਈ ਅੱਛਾ ਤੇ ਪਾਕਿਸਤਾਨ ਬਣ ਗਿਆ ਪਾਕਿਸਤਾਨ ਦਾ ਹਿੱਸਾ ਹੈ ਵੀ ਪਾਕਿਸਤਾਨ ਦਾ ਹਿੱਸਾ ਬਣ ਗਿਆ ਇਹ ਤਿੰਨ ਜ਼ਿਲ੍ਹੇ ਉਰਦਾਸਪੁਰ ਹਸ਼ਿਆਰਪੁਰ ਤੇ ਜਲੰਧਰ ਜੀ ਜੀ ਹਾਂਜੀ ਤੇ ਉਹ ਫੇਰ ਮੁੜ ਕੇ ਤਾਂ ਮੁੜ ਕੇ ਕਹਿਣ ਲੱਗੇ ਨਹੀਂ ਜੀ ਬਾਰਡਰ ਤੋਂ ਪਰੇ ਰਹਿ ਗਿਆ ਉੱਥੇ ਜਾਣ ਦਾ ਆ ਕੇ ਫਿਰ ਲੋਕਾਂ ਨੇ ਕਹਿਣਾ ਜੀ ਰੇਡੀਓ ਬੋਲਿਆ ਜੀ ਚੌੜਿਆ ਰੇਡੀਓ ਬੋਲਿਆ ਤੋ ਉਹ ਫੇ ਨਾਲ ਲੁੱਟ ਕੋ ਕੀਤੀ ਤੇ ਮੁਲਕੇ ਫੇਰੇ ਉਹ ਵੀ ਜਾ ਹਰ ਪੈਣ ਲੱਗ ਪਏ ਜੀ ਉਹ ਵੀ ਪੈਣ ਲੱਗ ਪਏ ਹੂੰ ਸਿੰਘੋਵਾਲ ਜਿਹੜਾ ਪਿੰਡ ਹੈ ਉਹ ਤੋਂ ਪਰਾਂ ਸਾਰੇ ਹਿੰਦੂ ਹੀ ਸੀ ਅੱਛਾ ਉਹ ਬਾਰਡਰ ਤੇ ਸੀ ਹੂੰ ਉੱਥੇ ਜਾ ਕੇ ਤੇ ਲੜਾਈ ਸ਼ੁਰੂ ਹੋ ਗਈ ਇਹ ਦਿਨੋ ਇੱਕ ਬੰਦਾ ਆ ਗਿਆ ਸੀ ਉਹ ਸੀ ਗੀਸੀ ਤੇ ਘਰਾਨਾ ਕੋ ਲੱਗ ਜਾਂਦਾ ਗੱਡੇ ਤੇ ਲੱਦਿਆ ਹੂੰ ਸਮਾਨ ਹੂੰ ਉਰਾ ਦੇ ਵਿੱਚ ਉਹਨਾਂ ਨੂੰ ਲੋਕ ਪਏ ਤੇ ਲੁੱਟ ਲਿਆ ਲੁੱਟ ਲਿਆ ਜੀਲੇ ਲੁੱਟਿਆ ਤਾਂ ਕਿ ਧੂਰੀ ਤਾਂ ਮੁੜ ਕੇ ਉਹ ਚੌਧਰੀ ਦੇ ਕੋਲ ਲਾਇਆ ਉਹ ਸਣੇ ਗੱਡੇ ਆਇਆ ਹਮ ਲੱਦ ਕੇ ਉਹਨਾਂ ਨੇ ਕਿਹਾ ਤੁਸੀਂ ਮਾੜਾ ਕੀਤਾ ਖ਼ਬਰਦਾਰ ਉਹਨਾਂ ਨੇ ਛੇੜਨਾ ਨਹੀਂ ਹਮ ਉਹਨਾਂ ਕਹਿੰਦੇ ਇਸ ਨਹੀਂ ਛੇੜ ਤਾਂ ਕਾਲੀ ਛੇੜਨਾ ਜਿਹੜਾ ਲੁੱਟ ਕੇ ਲੋਕ ਲੱਗਾ ਉੱਥੇ ਲੱਗਾ ਉਹ ਚੰਦ ਬੰਦੇ ਉੱਥੇ ਲਿਆਏ ਸੀ ਹਮ ਉਸ ਵੇ ਰਾਤ ਰੱਖੇ ਉਹਨੇ ਸੇਵਾ ਸੇਵਾ ਦਿੱਤੀ ਖਾਨ ਸਾਨ ਸਭ ਕੁਝ ਤਸਵੀਰ ਦਿੱਤੇ ਬੰਦੇ ਕੋਲੋਂ ਪੀ 755 ਸੀ ਜ਼ਿਲ੍ਹਾ ਕਾਂਗੜਾ ਅੱਛਾ ਉਹ ਪਹਾੜ 'ਚ ਸੀ ਹੂੰ ਉਹ ਕਾਂਗੜੇ ਜਾ ਰਹੇ ਸੀ ਉਹਨਾਂ ਨੇ ਕਿ ਆਪੇ ਲੈ ਪਈ ਤੁਸੀਂ ਇਹਨਾਂ ਨੂੰ ਉੱਥੇ ਛੱਡ ਕੇ ਆਉਣਾ ਹਾਂ ਰਾਜ ਨਾ ਹੁਣ ਕੋਈ ਲੁੱਟਮਾਰ ਹੋਵੇ ਇਹਨਾਂ ਨੂੰ ਉੱਥੇ ਛੱਡ ਕੇ ਆਏ ਤੇ ਉਧਰ ਉਥੇ ਮੋਰਚਾ ਲੱਗਾ ਸੀ ਸਿੰਘੋਵਾਲ ਹਾਂਜੀ ਤੇ ਉਹ ਇਹ ਲੋਕ ਪਹਿਲਾਂ ਆਦੇ ਰਹਿੰਦੇ ਸੀ ਜਾਨਾ ਜੀ ਪਾਕਿਸਤਾਨ ਚਲ ਜਾਣਾ ਜੀ ਛੱਡ ਕੇ ਜਾਣਾ ਪੈਣਾ ਜੀ ਕੋਈ ਸ਼ੈ ਨਹੀਂ ਜਾਣੀ ਹੂੰ ਇੱਕ ਜੀਵ ਆਸੇ ਇੱਕ ਬਿਸਤਰਾ ਤੇ 5 ਰੁਪਏ ਤੇ 5 ਕਿਲੋ ਦਾਣੇ ਜਾਣੇ ਤੇ ਸਾਢੇ ਲੱਗ ਜਾਂਦੀ ਹੈ ਗੱਡੀ ਖਾਨਪੁਰ ਰੇਲ ਗੱਡੀ ਰੇਲ ਗੱਡੀ ਖਾਨਪੁਰ ਜੇ ਗੱਡੀ ਆਉਣੀ ਹੈ ਸਪੈਸ਼ਲ ਉਹਦੇ ਉੱਤੇ ਚੜ ਕੇ ਜਾਣਾ ਹੈ ਹਾਂਜੀ ਉਹ ਲੋਕਾਂ ਨੇ ਫਿਰ ਕਿਹਨਾ ਛੋਲੇ ਬਣਾਏ ਪੀ ਚੱਬ ਕੇ ਸਭ ਪਾਣੀ ਪੀਣਾ ਕਰਾਂਗੇ ਕਿਨਾ ਫਿਰ ਉਹ ਆਪਣੀਆਂ-ਛਣੀਆਂ ਵੇ ਜਿਵੇਂ ਕਿਸੇ ਸੈਇਦ ਸੀ ਉਹਨਾਂ ਇਹੋ ਜਿਹਾ ਬਣਾ ਲਿਆ ਇਹ ਨਹੀਂ ਕੀਤਾ ਫੇ ਕੁਆਟੇ ਦੋ ਬੋਰੀਆਂ ਪੀ ਕੇ ਰੱਖ ਲਈਏ ਲਓ ਜੀ ਉੱਥੇ ਜਾ ਕੇ ਸੁੱਟਣਾ ਹੁਣ ਇੱਥੋਂ ਜਾ ਕੇ ਗੁਰੀਨ ਵਾਲੀ ਸੁੱਟਣਾ ਇੱਥੇ ਪਿਆ ਰੱਖ ਦਿਓ ਜੀ ਹਾਂਜੀ ਉਹ ਇਹ ਮੁੜ ਕੇ ਤਾਂ ਕਹਿਣ ਲੱਗੇ ਪਿੰਨ ਨਹੀਂ ਤੇ ਉਹ ਮੋਰਚਾ ਟੁੱਟਾ ਜੀ ਉਹ ਡੀਸੀ ਜਿਹੜਾ ਸੀ ਨਾ ਉਹ ਜਿਹੜੇ ਸੀ ਨਾ ਬੰਦੇ ਉਹ ਜਾ ਕੇ ਪਿੱਟੇ-ਪੁੱਟੇ ਪਹਿਸਾਨਾ ਦਿੰਦਾ ਕੀਤੀ ਉੱਥੇ ਫੇ ਮਿਲਟਰੀ ਆ ਗਈ ਉੱਥੇ ਹੀ ਕਿਹੜਾ ਪਿੰਡ ਦੱਸਿਆ ਸੀ ਸਿੰਘੂਆ ਸਿੰਘੂਆ ਲੈਟਰੀ ਜਿਹੜੀ ਆਈ ਨਾ ਤਾਂ ਪਹਿਲਾਂ ਤੂੰ ਮੈਂ ਲੜਦੇ ਛੋਟੇ ਲੜਾਈ ਸੀ ਗੱਲ ਹੀ ਕੋਈ ਨਹੀਂ ਕੀ ਇੱਕ ਦੋ ਬੰਦੂਕਾਂ ਹੋਈਆਂ ਤਾਂ ਕੀ ਆ ਕੁਝ ਵੀ ਨਹੀਂ ਤੇ ਉਹਦਾ ਚੌਰੀ ਸੀ ਨਾ ਉਹਦਾ ਮੁੰਡਾ ਸੀ ਉਹਦਾ ਨਾ ਜਮੀਲ ਹੈ ਦੋ ਪੁੱਤੀ ਉਹਦੇ ਇੱਕ ਦਾ ਨਾ ਰਸ਼ੀਦ ਸੀ ਤੇ ਇੱਕ ਦਾ ਨਾ ਜਮੀਲ ਸੀ ਕਿਉਂ ਜਮੀਲ ਜਿਹੜਾ ਸੀ ਬਹੁਤ ਦਲੇਰ ਸੀ ਹੁਣ ਚੌਧਰੀ ਤੇ ਪਿੱਛੇ ਆਉਂਦਾ ਚਲੋ ਭਾਈ ਚਲੋ ਭਾਈ ਬਾੜਿਆਂ ਨੂੰ ਕਹਿੰਦੇ ਚਲੋ ਅੱਗੇ ਉਸ ਜਿੱਥੇ ਪਹਿਲਾਂ ਪਤਾ ਲੱਗੇ ਪਈ ਦਿਨੋਂ ਕੋਈ ਹਮਲਾ ਹੋਣ ਵਾਲਾ ਹੈ ਕੁਛ ਹੁੰਦਾ ਉਹ ਚੌਹਰੀ ਜਮੀਲ ਨੇ ਜਾਣਾ ਉੱਥੇ। ਹੂੰ। ਘੋੜਾ ਉਹਦੇ ਕੋਲ ਸੀ। ਘੋੜੇ ਚੜ ਜਾਣਾ ਕਾਣੇ ਮਾ ਪਤਾ ਕਰਕੇ ਆਇਆ। ਕੋਲ ਬੰਦੂਕ ਸੀ। ਤੇ ਬੰਦੂਕ ਉਹਦਾ ਇਦਾਂ ਹੀ ਸੀ ਨਾ ਪਿੱਦਾਂ ਅਲੋਖ ਚੀਜ਼ ਹੁੰਦੀ ਸੀ। ਹਾਂਜੀ। ਤੇ ਉਹ ਚੌਹਰੀ ਕੋਠੀ ਤੇ ਚੜ ਜਾਣਾ ਆਪਣੀ ਤੇ। ਫੇਰੀ ਜਾਣਾ। ਉਹ ਦੇਖ ਭਾਈ। ਲੋਕਾਂ ਨੇ ਜਾਣਾ ਪਹਿਲਾਂ ਉੱਥੇ ਹੀ। ਉਹਨੇ ਕਹਣਾ ਜੀ ਮਹਮਦ ਜਮੀਲ ਫਲਾਣੇ ਪਿੰਡ ਚ ਲੱਗਿਆ। ਉਸੋ ਚੱਲੇ ਮੋੜ ਲੋ ਕਨੋ ਸੇ ਚੱਲ ਜਾਣਾ ਉੱਥੇ ਫਿਰ ਮਿਲਟਰੀ ਆਈ ਸਿੰਗੋਲ ਸਿੰਗੋਲ ਆਈ ਤੇ ਉਹ ਦੁਨੀਆ ਇਹਦਾ ਸੀ ਅੜੇ ਛੜੇ ਤਾਂ ਹੁੰਦੀ 15 ਵਿਅਕਤੀ ਫਾਇਰ ਆਉਣਾ ਸ਼ੁਰੂ ਹੋ ਗਿਆ ਹੂੰ ਉਹ ਝੋਲਾ ਬਈ ਜਿੰਨੇ ਫਾਇਰ ਕੀਤੇ ਵਿੱਚ ਮਾਰਦੇ ਨਾ ਤੇ ਬਹੁਤ ਦੁਨੀਆ ਮਾਰ ਦਿੰਦੇ ਹੂੰ ਬੰਦਾ ਮਰਿਆ ਕੋਈ ਨਹੀਂ ਬਹੁਤ ਫਾਇਰ ਕੀਤੇ ਜੇ ਕੋ ਆਮ ਬਾਤ ਆਮ ਜੀ ਤੋਂ ਫਾਇਰ ਆਉਂਡਿਆ ਡਰਾਪ ਆਇਆ ਤਰਾਪ ਆਇਆ ਜੇ ਕੋਈ ਹੈਗਾ ਟਾਲੀ ਹੈ ਤੇ ਉਹਦੇ ਤੋਂ ਫੇਰ ਆਉਣ ਡਿਆ ਹਾਂਜੀ ਇਹ ਫੇ ਲੋਕ ਉਥੋਂ ਨਸੇ ਨਸੇ ਜੀ ਲੈ ਤੇ ਨਾਸਿਆਂ ਨੂੰ ਵੀ ਗੋਲੀਆਂ ਮਾਰੀ ਸਕਦੇ ਸੀ ਵਿਚ ਮਾਰਦੇ ਸਾਂ ਇਹ ਚੋਰ ਪਡੇਰੀ ਜਿਹੜਾ ਸੀ ਨਾ ਉਹਦਾ ਮੁੰਡਾ ਜਿਹੜਾ ਜਮੀਲ ਸੀ ਉਹ ਘੋੜੇ ਤੇ ਸੀ ਤਾਂ ਘੋੜੇ ਨੂੰ ਜਵਾਨੀ ਤੋੜਨ ਪਾਇਆ ਜੱਫਾ ਮਗਰੋਂ ਗੋਲੀਆਂ ਆਉਂਦੀ ਘੋੜੇ ਲੱਗ ਪਏ ਅੱਗੇ ਆਇਆ ਫੱਟ ਬਾਵਾ ਉੱਚੀ ਤੇ ਉੱਥੇ ਉਹਨੇ ਆ ਕੇ ਛੱਤੀ ਤੋਂ ਉਹਦੇ ਉੱਡੇ ਲੰਮਾ ਪੈ ਗਿਆ ਲੰਮਾ ਪਾ ਘੋੜਾ ਜਿਉਂ ਦੌੜਿਆ ਉਥੋਂ ਪਿੰਡ ਆ ਗਿਆ ਸਾਡੇ ਪਿੰਡ ਆਇਆ ਸਾਡੇ ਪਿੰਡ ਹੋ ਗਿਆ ਰਾਜੋ ਰਾਜੋ ਫਟੇਰੇ ਚੱਲ ਗਿਆ ਉਹ ਦੁਨੀਆ ਸਾਰੀ ਰੋਵੇ ਪਿੱਲਾ ਵਿੱਚ ਜਮੀਲ ਮਾਰਿਆ ਗਿਆ ਫੈਰ ਜੂ ਖੜਕ ਸੋਣ ਬੜਾ ਉਹ ਫਿਰ ਖੈਰ ਜਿੱਲ ਨੇ ਰਾ ਪੈ ਗਿਆ ਤੇ ਉਹ ਆ ਗਿਆ ਆ ਗਿਆ ਤੇ ਫੇ ਕਹਿਣ ਲੱਗੇ ਵੀ ਹੁਣ ਜਾਣਾ ਪੈਣਾ ਉਧਰ ਹਕੂਮਤ ਸਾਥ ਦਿੰਦੀ ਮੈਂ ਮਕਈ ਸਾਡੇ ਪੱਕੀ ਸੀ ਉਦੋਂ ਜਿਹਦੇ ਜਾੜਾ ਪਿਆ ਮੈਂ ਮੈਂ ਕਿੰਦੀ ਰਾਖੀ ਬੈਠਾ ਉਹ ਰੁੱਖ ਤੇ ਆਲਾ ਨਾ ਪਾਇਆ ਹੁੰਦਾ ਜੀ ਮਣਾ ਆਂਦੇ ਸਾਡੇ ਉਹਦੇ ਬੈ ਕੇ ਚਾਰ ਫੇਰ ਦੇਦਾ ਰਹਿੰਦਾ ਨਾ ਕਾਂ ਪੈਂਦੇ ਜਾਨਪਰ ਪੈਂਦੇ ਤੇ ਉੱਥੇ ਚਲ ਗਿਆ ਪੀ ਅਸੀਂ ਪਿੱਛੇ ਸੁਨੇ ਆਪੇ ਆ ਜਾ ਮੈਂ ਕਿਹ ਗੱਲ ਹੋਈ ਮੈਂ ਉੱਥੇ ਉੱਤਰਿਆ ਘਰ ਚਲ ਗਿਆ ਚਲ ਗਿਆ ਤਾਂ ਗੜੀ ਸਮਾਨ ਮੰਨਣ ਦਾ ਹੈ ਹਾਂ ਜੀ ਤੇ ਕੋਈ ਸ਼ੈ ਨਹੀਂ ਕਿਸੇ ਚੁੱਕੀ ਕੋਈ ਗੱਲ ਨਹੀਂ ਕੀਤੀ ਉਹੋ ਜਿਹੜੇ ਦਾਣੇ ਤੋਲ ਮਣ ਕੇ ਪਾਇਏ ਸਾਨਾ ਉਹੀ ਪਾਇਲੋ ਕਾਨਾ ਕਿਨਾਂ ਨੇ ਆ ਸੋਨਾ ਵੀ ਜਾਣਾ ਨਹੀਂ ਕਿ ਤਲਾਸ਼ ਉਹਨਾਂ ਲੈਣੀ ਕੋਈ ਜਾਣ ਨਹੀਂ ਦੇਣੀ ਕਿਨਾਂ ਨੇ ਹੁੱਕਾ ਸੋਨਾ ਕੋਠੇ ਹੁੱਕਾ ਹੀ ਸੁਟਿਆ ਪਣੀ ਆ ਦੇਣਾ ਸ਼ੁਰੂ ਕਰ ਦਿੱਤਾ ਕਿਨਾਂ ਲੋਕਾਂ ਨੇ ਰੋਟੀਆਂ ਬਣਾਈਆਂ ਤੇ ਰੋਟੀਆਂ ਵਿੱਚ ਪਕਾ ਲਿਆ ਹਾਂਜੀ ਤੇ ਉਹ ਮੁੜ ਕੇ ਉੱਥੋਂ ਜੀ ਧੀਗਰ ਵੇਲੇ ਸੀ ਕਰੋ ਨਿਕਲੇ ਕਿੱਥੇ ਆਏ ਤੁਹਾਡਾ ਕੰਮ ਕਿੱਥੇ ਲਗਾ ਆਗੇ ਖਾਨਪੁਰ ਕਿੱਥੇ ਖਾਨਪੁਰ ਖਾਨਪੁਰ ਉਹ ਜਿਹੜਾ ਸੀ ਨਾ ਉਹ ਉੱਤੋਂ ਤਾਂ ਸੱਗੇ ਰੇਲ ਗੱਡੀ ਆਉਂਦੀ ਸੀ ਨਾ ਆਹਦੇ ਸਵੇਰੇ ਸਪੈਸ਼ਲ ਆਉਣੀ ਤੇ ਛੱਡ ਜਾਣਾ ਅੱਛਾ ਗੱਡੀ ਦਾ ਨਾਂ ਤਾਂ ਲੈਂਦਾ ਕੋਈ ਨਹੀਂ ਆਹਦੇ ਸਪੈਸ਼ਲ ਆਉਣੀ ਹੈ ਅੱਛਾ ਉੱਥੇ ਖਾਨਪੁਰ ਆ ਗਏ ਆ ਤੇ ਉੱਥੇ ਫੇਰ ਮੁੜ ਕੇ ਗਏ ਅਸੀਂ ਬਾਵਾ ਦੇਰ ਹੂੰ ਜੇ ਦੇਰ ਹੈ ਤਾਂ ਉਥੋਂ ਲੋਕਾਂ ਨੇ ਘਰ ਜਾਣਾ ਜਿਹੜੀ ਚੀਜ਼ ਦੀ ਲੋਡ ਆਉਣੀ ਮੁਰਗੀਆਂ ਫੜ ਕੇ ਕਿੰਨੇ ਦਾ ਰਹਿ ਤੁਸੀਂ ਦਿਨ ਤਾਂ ਜੀ ਗਿਣੇ ਨਹੀਂ ਵੀ ਮੇਰਾ ਖਿਆਲ ਆ ਕੋਈ 10 12 ਦਿਨ ਲੱਗੇ ਫੇਰ ਉਥੋਂ ਕਾਫਲਾ ਟੁਰ ਪਿਆ ਉਥੋਂ ਉਹ ਕਹਿਣ ਲੱਗੇ ਪਹਿਲਾਂ ਵੀ ਇੱਥੇ ਨਹੀਂ ਆਉਣੀ ਸਪੈਸ਼ਲ ਸਪੈਸ਼ਲ ਆਉਣੀ ਆ ਦਸੂਏ ਅੱਛਾ ਹਾਂਜੀ ਉੱਥੋਂ ਬਹਿਣਾ ਦਸੂਏ ਚਲੇ ਗਏ ਫਿਰ ਦਸੂਏ ਚਲੇ ਗਏ ਅੱਛਾ ਦਸੂਏ ਜਿਹੜੇ ਚਲੇ ਗਏ ਤੇ ਕੈਂਪ ਲੱਗ ਗਿਆ ਤੇ ਹੁਣ ਦਸੂਏ ਜਿੱਥੇ ਇਹ ਨਹੀਂ ਦੁਨੀਆ ਇਕੱਠੀ ਹੋਈ ਹੋਵੇ ਉੱਥੇ ਉੱਥੇ ਬੜੀ ਮੁਸ਼ਕਲ ਹੁੰਦੀ ਕਦੇ ਉੱਥੇ ਬਾਥਰੂਮ ਬਣੇ ਹਾਂਜੀ ਉੱਥੇ ਮੁਸ਼ਕਿਲਾਂ ਤੇ ਹੋਈ ਭਈ ਜੇ ਤ ਜਾਣਾ ਦੂਰ ਪਿਸ਼ਾਬ ਕਰਨਾ ਹੂੰ ਉੱਤੇ ਸਾਡੇ ਮਿਲਟਰੀ ਸੀ ਹਿੰਦੂ ਹੂੰ ਬਰੇ ਟੈਨ ਨੂੰ ਆਂਦੇ ਇਹ ਦੂਰ ਜਾਣਾ ਤੇ ਉਹਨਾਂ ਛਿੜਕਣਾ ਮਾਰਨਾ ਤੁਸੀਂ ਐਡੀ ਦੂਰ ਗਏ ਸੋ ਤੁਹਾਨੂੰ ਕੋ ਮਾਰ ਦਿੰਦਾ ਕੌਣ ਜ਼ਿੰਮੇਵਾਰ ਹਾਂਜੀ ਜੇ ਨੇੜੇ ਬੈਣਾ ਤੇ ਤਦ ਵੀ ਛਿੜਕਣਾ ਮਾਰਨਾ ਇਹ ਬਬਾ ਇਥੇ ਖਿਲਰ ਕੀ ਬਿਮਾਰੀ ਪੈ ਗਈ ਤਾਂ ਫੇਕ ਕਰਨਾ ਦੁਨੀਆ ਕਿੱਧਰ ਜਾਏ ਬੋਲੇ ਉੱਥੇ ਜੜੀ ਪੁੱਜੜੀ ਹੈ ਉੱਥੇ ਫਿਰ ਇਹ ਮਹੀਨਾ ਖੂਰਾ ਅੱਛਾ ਉਹ ਮੁੜ ਕੇ ਤਾਂ ਮੀਂਹ ਅੱਲਾਹ ਤਾਲਾ ਪਾਇਆ ਬੜਾ ਮੀਂਹ ਜਲੇ ਪਾਦ ਹਰ ਸਾਰ ਰੁੜ ਗਈ ਮਹੀਨੇ ਬਾਅਦ ਫਿਰ ਉਹ ਟੁਰ ਪਏ ਮਹੀਨੇ ਬਾਅਦ ਫਿਰ ਟੁਰ ਪਏ ਸੀ ਕਾਫਲੇ ਸੂਰਜ ਕਾਫਲੇ ਸੂਰਜ ਤੁਹਾਡਾ ਪਿੰਡ ਜਿਹੜਾ ਹਾਂਜੀ ਜਿਹੜਾ ਤੁਹਾਡਾ ਪਿੰਡ ਮਨਸੂਰਪੁਰਾ ਹਾਂਜੀ ਤੁਸੀਂ ਤੇ ਫਿਰ ਮੁਸਲਮਾਨ ਅਵਾਨ ਜਿਹੜੇ ਨੇ ਆ ਉਹ 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 ਤੁਹਾਨੂੰ ਲੋਕਾਂ ਨੂੰ ਲੁੱਟਣਾ ਸੀ ਤੁਸੀਂ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਉਹ ਤਾਂ ਲੁੱਟ ਲੈ ਲੈ ਬੈਠੇ ਸੀ ਉਹ ਲੈ ਨਾ ਤਗੜੇ ਸੋ ਨਾ ਜਿੱਲੇ ਬੈਠੇ ਨਹੀਂ ਤੁਸੀਂ ਇਹਨਾਂ ਨੂੰ ਅਸੀਂ ਲੁੱਟ ਲਈਏ ਉਹ ਤੈਨੂੰ ਦੱਸਿਆ ਹਾਂ ਆਪਣੇ ਘਰ ਢੋ ਲਿਆ ਹਰ ਇੱਕ ਅੰਗ ਜੀ ਬੰਦੇ ਸੀ ਆ ਪਤਾ ਹੀ ਨਹੀਂ ਵੀ ਅਸਾਂ ਵੀ ਟੁਰ ਜਾਣਾ ਉਥੋਂ ਰਸ ਦਸੋ ਜੀ ਤੁਸੀਂ ਟੁਰ ਪਏ ਹਾਂਜੀ ਪੈਦਲ ਆਏ ਪੈਦਲ ਤੁਹਾਡੇ ਖਾਨਦਾਨ ਦਾ ਤੁਹਾਡੇ ਪਿੰਡ ਦਾ ਕੋਈ ਬੰਦਾ ਮਰਿਆ ਤੇ ਨਹੀਂ ਕੋਈ ਸ਼ਹੀਦ ਤੇ ਨਹੀਂ ਹੋਇਆ ਸਾਡੇ ਪਿੰਡ ਦੇ ਬੰਦੇ ਸ਼ਹੀਦ ਹੋਏ ਕਿੰਨੇ ਇੱਕ ਤਾਂ ਸੀ صدیق ਸੀ ਉਹਦਾ ਨਾਮ ਜੀ ਉਹ ਸ਼ਹੀਦ ਹੋਇਆ ਸੀ ਹਾਂਜੀ ਤੇ ਹੋਰ ਮੌਤ ਨਾਲ ਤਾਂ ਜੀ ਮਰੀ ਮੈਂ ਤਾਂ ਸੁਣਿਆ ਨਹੀਂ ਕੋਈ ਹੋਰ ਐਵੇਂ ਝੂਠ ਮਾਰਦੇ ਇੱਕ ਤਾਂ ਸਾਨੂੰ ਪਿਆ ਜਸਾ ਇਹਨੇ ਦਸੋ ਜੀ ਤੁਸੀਂ ਟੁਰ ਪਏ ਅੱਛਾ ਸਿੰਘੋ ਤਰਪਾ ਇਹ ਗੱਡੇ ਸੀ ਨਾ ਗੱਡੇ ਲਾਂ ਬਹੁਤ ਲੰਮੀ ਤੇ ਚੌੜੀ ਹੁੰਦੀ ਗੱਡੇ ਦੇ ਇੱਕ ਦਿਨ ਮਗਰੀ ਜਾਣਾ ਹੁੰਦਾ ਨਾ ਤੇ ਕਿਨਾਂ ਗੱਡਿਆਂ ਨੂੰ ਲੋਕਾਂ ਚਾਰ ਡੰਗਰ ਜੋਏ ਹੁੰਦੇ ਦੋ ਮੋੜ ਤੇ ਦੋ ਗੱੜ ਬਿੰਡੀ ਲਈ ਹਾਂ ਮਲਾ ਕਿੱਥੇ ਹੋਇਆ ਇਹ ਬਲਾ ਸਾਨੂੰ ਹੋਇਆ ਸੀ ਜੀ ਉਹਨੂੰ ਖੁੱਡਾ ਖਰਾਲਾਂ ਆਂਦੇ ਸੀ ਉੱਥੇ ਕੋਈ ਨੁਕਸਾਨ ਹੋਇਆ ਨੁਕਸਾਨ ਉੱਥੇ ਹੋਇਆ ਕਾਫੀ ਉਹ ਜੀ ਸਾਈ ਦੇ ਲੰਗੇ ਆ ਤੇ ਦੇਖਿਆ ਸਾਨੂੰ ਪਤਾ ਨਹੀਂ ਕਾਫੀ ਹੋਇਆ ਉੱਥੇ ਦੇਖੇ ਔਰਤਾਂ ਮਰੀਆਂ ਬੱਚੇ ਬੁੜੇ ਮਰੇ ਬਹੁਤ ਅਸੀਂ ਕੋਈ ਮਰੀ ਨਹੀਂ ਦੇਖੀ ਬੰਦੇ ਉਹ ਜਿਹੜੇ ਅਸੀਂ ਆਏ ਸੀ ਪਿਛਾਂ ਸੀ ਨਾ ਕੋਈ ਪਾਲੀ ਕੋ ਪਿਛਾਂ ਸੀ ਅਸੀਂ ਜਿਹੜੇ ਜੱਸਾ ਪਿਆਰਾ ਹੈ ਨਾ ਤੇ ਦੁਨੀਆ ਕੋ ਦੌੜੀ ਪਿਛਾਂ ਰੋਮ ਰੋਮ ਵੀ ਬੰਦੇ ਤੁਰੇ ਹੋਂ ਤਾਂ ਜਿਹਦੇ ਧੱਕਾ ਪਾਵੇ ਤਾਂ ਲੋਕ ਡਪੈਂਦੇ ਨੇ ਉਹ ਕਈਆਂ ਧੱਕੇ ਲੱਗੇ ਤਾਂ ਫੇਰ ਮੁੜ ਕੇ ਦੌੜੇ ਪਿਛਾਂ ਤੇ ਉਹ ਫੇਰ ਲੋਕਾਂ ਨੇ ਗਾਲਾਂ ਗੁਲਾਂ ਕੱਢੀਆਂ ਜਿਹਾ ਸਿਆਣੇ ਬੰਦੇ ਕਹਿੰਦੇ ਕੰਜੋ ਭੱਜ ਤੌੜ ਕੇ ਕਿੱਥੇ ਜਾਣਾ ਦੌੜ ਕੇ ਤੁਸੀਂ ਨਹੀਂ ਜਾ ਸਕਦੇ ਤੇ ਮੁਕਾਬਲਾ ਕਰੋ ਉਹ ਫੇ ਮੁੜ ਕੇ ਲੋਕ ਤਾਂ ਬੰਨਾਂ ਦੇ ਵਿੱਚ ਕੋਈ ਤਾਂ ਕੁਝ ਵੀ ਨਾ ਸੀ। ਬਾਸ ਪੂਸ ਕੱਡਿਆਂ ਦੇ ਜਿਹੜੇ ਉਹ ਕੱਢ ਕੇ ਸਿਲਾਈ ਸ਼ੁਰੂ ਮੁਕਾਬਲਾ ਕੀਤਾ। ਮੁਕਾਬਲਾ ਬੜਾ ਹੋਇਆ ਗਿਆ। ਤੇ ਅਸੀਂ ਤਾਂ ਬਹਿ ਗਏ ਉੱਥੇ ਤੇ ਇੱਕ ਮਿਲਟਰੀ ਵਾਲਾ ਸੀ ਉਹ ਮਕਾਨ ਸੀ ਸਾਤੋਂ 4 ਕਨਾਲ ਦੂਰ। ਉਹਦੇ ਉੱਤੇ ਇੱਕ ਮਿਲਟਰੀ ਵਾਲਾ। ਕੋਲ ਉਹਦੇ ਬਰਿੰਗਨ। ਇਹ ਨਹੀਂ ਪਤਾ ਦੋ ਸੀ ਜਾਂ ਇੱਕ ਸੀ। ਉਸ ਦੁਪਹਿਰ ਕੰਮ ਸ਼ੁਰੂ ਕਰਤਾ। ਇਹ ਜੇ ਉਹਨਾਂ ਫਾਇਰ ਸ਼ੁਰੂ ਕਰ ਦਿੱਤਾ ਤੇ ਉਹ ਤੇ ਇਦਾਂ ਹੀ ਉਤੋਂ ਦੀ ਲਾਠ ਵਧੀ ਨਾ ਗੋਲੀਆਂ ਨੇ ਹੂੰ ਉਤੋਂ ਲੰਕੇ ਜਾਣ ਸਾਡੇ ਉਹ ਫਿਰ ਜਿਹੜੇ ਹਿੰਦੂ ਸੀ ਉਹ ਦੌੜ ਗਏ ਹੂੰ ਸਿੱਖ ਜਿਹੜਾ ਹਮਲਾ ਕੀਤਾ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹ ਦੌੜ ਗਏ ਦੌੜ ਗਏ ਤੁਸੀਂ ਫਿਰ ਫਿਰ ਕਾਫਲਾ ਟੁਰ ਪਿਆ ਦੌੜ ਗਏ ਜ਼ਿਲ੍ਹੇ ਤੇ ਉਹ ਜਿਹੜੇ ਬੰਦੇ ਉੱਥੇ ਜ਼ਖਮੀ ਸੀ ਨਾ ਹੂੰ ਉਹ ਉਥੇ ਨਾਲ ਆਏ ਸੀ ਉਹ ਉਹਨਾਂ ਨੇ ਖਿੱਚ ਕੇ ਤਾਂ ਕਤਾਨਾਂ ਚ ਕਰ ਦਿੱਤੇ ਜ਼ਖਮੀ ਜ਼ਖਮੀ ਜਿੰਨੇ ਸੀ ਮੁਸਲਮਾਨ ਮੋਏ ਜ਼ਖਮੀ ਜਿੰਨੇ ਤੇ ਇਹ ਜਿਹੜੇ ਬੰਦੇ ਸੀਗੇ ਉਹ ਦੋ ਸਿੱਖ ਮਰੇ ਸੀ ਉਹ ਉਹਨਾਂ ਸ਼ਰਕ ਦੇ ਉੱਤੇ ਰੱਖੇ ਇੱਕ ਦੀਆਂ ਲੱਤਾਂ ਕੁਤਬ ਨੂੰ ਕੀਤੀਆਂ ਇੱਕ ਦੀਆਂ ਪਾੜੂ ਕੀਤੀਆਂ ਦੱਕਣ ਨੂੰ ਕੀਤੀਆਂ ਇੱਕ ਮੰਜੀ ਦੇ ਬਹਾਵ ਜਵਾਨ ਹੈ ਇੱਕ ਮੰਜੀ ਦੇ ਸਵਾਰਿਆਂ ਦੀ ਪਿਆ ਇੱਕ ਦੀਆਂ ਲੱਤਾਂ ਉਹਦੇ ਖਿੱਚੀ ਇਹਦੇ ਤੇ ਤਾਂ ਪਾਇਆ ਉੱਤੇ ਸ਼ਰਕ ਤੇ ਰੱਖੇ ਪਈ ਸਿੱਖ ਮਰੇ ਤੇ ਉਹ ਜਿਹੜੇ ਬੰਦੇ ਸੀ ਨਾ ਉੱਥੇ ਜ਼ਖਮੀ ਕਾਫਲਾ ਤੇ ਲਗਾ ਜਾਂਦਾ ਸੀ ਉਹ ਦੌੜ ਗਏ ਕਾਫਲਾ ਉਹਨਾਂ ਟੋੜ ਲਿਆਵੇਂ ਤੇ ਉਥੋਂ ਬੰਦੇ ਵਿੱਚੋਂ ਫੇਰ ਆਲੇ ਸੀ ਓਏ ਜਿਹੜੀ ਕੰਨਾਂ ਨਾਲ ਸੁਣਨ ਦੀ ਗੱਲ ਹੈ ਭਈ ਸਾਡੇ ਮੂੰਹ ਤੇ ਯਾਰ ਕਪੜਾ ਲਾ ਦੇ ਦੁਨੀਆ ਜਾਣਦੀ ਦੇਖ ਲਈਏ ਆਹ ਨਹੀਂ ਨਾ ਸ਼ਹੀਦ ਨੂੰ ਦਰਦ ਨਹੀਂ ਹੁੰਦਾ ਜਿਹੜਾ ਐਡਾ ਲਿਚਾਰ ਤੇ ਉਹ ਕਹਿਣ ਭਈ ਸਾਡੇ ਮੂੰਹ ਤੇ ਕਪੜਾ ਲਾ ਦਿਓ ਅਸੀਂ ਦੁਨੀਆ ਜਾਣਦੀ ਦੇ ਲਈ ਅਸੀਂ ਤਾਂ ਹੁਣ ਜਾਣਾ ਹੀ ਨਹੀਂ ਹਾਂਜੀ ਉਹ ਹੈ ਇੱਕ ਇਸ ਸਮੁਖ ਸਰ ਤੇ ਅਸੀਂ ਉਥੋਂ ਟੋਟ ਪਏ ਇਹ ਦੱਸੋ ਮਲਕ ਸਾਹਿਬ ਇਹੜਾ ਪਿੰਡ ਹੰਜਰਾਵਾ ਵਾਲਾ ਹਾਂਜੀ ਇੱਥੇ ਤੁਸੀਂ ਜਦੋਂ ਆ ਗਏ ਹਾਂਜੀ ਇੱਥੇ ਰਹਿਣ ਵਾਲੇ ਜਿਹੜੇ ਸਿੱਖ ਸਰਦਾਰ ਸਨ ਹੂੰ ਉਹਨਾਂ ਚੋਂ ਕੋਈ ਮਸ਼ਹੂਰ ਲੋਕਾਂ ਦੇ ਨਾਮ ਤੁਹਾਨੂੰ ਯਾਦ ਨੇ ਕੋਈ ਪੁੱਛ ਇੱਥੋਂ ਦੇ ਲੋਕਾਂ ਦੱਸਿਆ ਹੋਵੇ ਇਹ ਇੱਥੇ ਜਿਹੜੇ ਹੰਜਰਾਵਾ ਵਾਲੇ ਵੀ ਸੀ ਸਿੱਖਾਂ ਦਾ ਸੀ ਕਾਹਦੀ ਪੁੱਛਣਾ ਸੀ ਨਹੀਂ ਲੋਕ ਆਪਸ ਗੱਲਾਂ ਕਰਦੇ ਮਸ਼ਹੂਰ ਹੀ ਦੀਆਂ ਆਪਸ ਗੱਲ ਕਰਦੇ ਇੱਥੇ ਖੜਕ ਸਿੰਘ ਹੋਇਆ ਅੱਛਾ ਚੋਰ ਡਾਕੂ ਅਛ ਪਿੰਡ ਦਾ ਹਜਰਾ ਸੀ ਖੜਕ ਸਿੰਘ ਖੜਕ ਸਿੰਘ ਉਹ ਇਸ ਦਾ ਮਸ਼ਹੂਰ ਹੋਇਆ ਅੱਛਾ ਉਹਦੇ ਨਾਲ ਫਿਰ ਤੁਹਾਨੂੰ ਪਤਾ ਵੀ ਕਿ ਚੇਲੇ ਵੀ ਬਥਰੇ ਹੁੰਦੇ ਆ ਤੇ ਚੇਲੇ ਉਹ ਬਡੇ ਵੀ ਬਦਮਾਸ਼ ਨਾਲ ਬਹੁਤ ਵੱਧ ਜਾਂਦੇ ਆ ਹਾਂ ਹੈ ਉਹ ਬਦਮਾਸ਼ ਸੀ ਇਹ ਤੇ ਖੜਕ ਸਿੰਘ ਦਾ ਮਕਾਨ ਤੁਸੀਂ ਵੇਖਿਆ ਆਪਣੀ ਉਸ ਪੁਰਾਣਾ ਮਕਾਨ ਉਹਦਾ ਖੜਕ ਸਿੰਘ ਦਾ ਮਕਾਨ ਜੀ ਉਹ ਚਲ ਗਿਆ ਸੀ ਠੱਟੇ ਅੱਛਾ ਬਾਹਰ ਜਿਹੜਾ ਸੱਤੋਂ ਦੱਸੇ ਨਾ ਪਿੰਲੰਬਰ ਉਸੇ ਬੱਕਰਾ ਸੀ ਉਹ ਚੱਲ ਗਿਆ ਸੀ ਉੱਥੇ। ਅੱਛਾ। ਪਿੰਡ ਦੇ ਵਿੱਚ ਬਗਾਵਤ ਹੋ ਗਈ। ਬਗਾਵਤ ਹੋ ਗਈ। ਪਿੰਡ ਵਿੱਚ ਹੁੰਦੀ ਰਹਿੰਦੀ ਹੈ ਨਾ ਲੜਾਈ ਪੜਾਈ ਆ ਲੜਾਈ ਹਜ਼ਾਰ ਜੀ ਸਾਰੇ ਸੀ। ਹਾਂ। ਸਾਰੇ ਜਿਹੜੇ ਸਾਡੇ ਪਿੰਡ ਦੇ ਵਿੱਚ ਸਿੱਖੋਂ ਮੁਸਲਮਾਨ ਹੀ ਹੈ ਨਾ। ਹਜ਼ਾਰਾਂ ਜਿੰਨੇ ਵੀ ਹੈ ਸਿੱਖੋਂ ਮੁਸਲਮਾਨ ਹੈ। ਆਪਸ ਲੜ ਪਏ। ਲੜ ਪਏ। ਉਹ ਉੱਥੇ ਟੁਰ ਗਿਆ। ਉਹ ਆਪਣੀ ਪੜੀ ਜਾ ਕੇ ਨੇ ਮਕਾਨ ਬਣਾ ਲਿਆ। ਉਹ ਮਕਾਨ ਉੱਥੇ ਸੀ ਉਹਦੇ। ਅੱਛਾ। ਹਾਂ ਜੀ ਅਸੀਂ ਨਹੀਂ ਇਹ ਦੇਖ ਕੇ ਵੀ ਉਸ ਤੋਂ ਇਲਾਵਾ ਵੀ ਕੋਈ ਉੱਥੋਂ ਦਾ ਮਸ਼ਹੂਰ ਆਦਮੀ ਪੁਰਾਣਾ ਤੁਸੀਂ ਉੱਥੋਂ ਦੇ ਲੋਕਾਂ ਕੋਲੋਂ ਸੁਣਿਆ ਹੋਵੇ ਸਿੱਖਾਂ ਇਹ ਜਿਹੜਾ ਜੀ ਸੀ ਨਾ ਖੜਕ ਸਿੰਘ ਜੀ ਇਹ ਤੇ ਲਾਗੇ ਹੈਗਾ ਸਾਡੇ ਪਿੰਡ ਇੱਕ ਉੱਥੇ ਸੀਗੇ ਇਹ ਜਮੀਨ ਹੈਗੀ ਆ ਉੱਥੇ ਸਾਡੇ ਇਹਦੀ ਕਾਫ ਦੀ ਅੱਛਾ ਸਰਕਾਰੀ ਅ ਗੁਰਦੁਆਰੇ ਨਾਲ ਜਿਹੜੀ ਹੁੰਦੀ ਹਾਂਜੀ ਉਹ ਜਿਹੜਾ ਉਹਦੇ ਨਾਲ ਇਹ ਨਾਲ ਦੀ ਫਿਰ ਉਹ ਚੜਫ ਹੋ ਗਈ ਨਾ ਜਿਹੜਾ ਖੜਕ ਸਿੰਘ ਹੈ ਇਹ ਤਾਂ ਅੱਗੇ ਬੜਾ ਮਸ਼ਹੂਰ ਸੀ ਤੇ ਉਹ ਦਾ ਦੂਜਾ ਸੀ ਉਹ ਦੀ ਮਾਂ ਸੀ ਲੋਹਾਰੀ ਅੱਛਾ ਤੇ ਉਹ ਸੀ ਉਹ ਪਿੰਡ ਦਾ ਮੋਰੀ ਹਾਂਜੀ ਤੇ ਉਹ ਨੂੰ ਜਿਹੜਾ ਉੱਥੋਂ ਡੰਗਰ ਨਾਲ ਕੱਢ ਕੇ ਲੈਣਦੇ ਤੇ ਉਹਨਾਂ ਨੇ ਕਿ ਆਪਸਾਂ ਡੰਗਰ ਦੇ ਉਹ ਸਾ ਕਿਹਾ ਖੜਕਸ ਨੇ ਜਿਹੜੇ ਲੈ ਆ ਮੈਂ ਕਦੀ ਨਹੀਂ ਦਿੱਤੀਆਂ ਖੜਕਸ ਨੇ ਆਖਿਆ ਆ ਉਹਦਾ ਨਾਂ ਸੀ ਧਾਮਾ ਤੇ ਉਹ ਇਹ ਕਹਿਣ ਲੱਗਾ ਉਹ ਢੋਲਿਆਂ ਵਾਲੇ ਕਰ ਦੇਣਾ ਬਈ ਉਹਨੇ ਕਿਹਾ ਜਾ ਤੂੰ ਪੁੱਤ ਲੋਹਾਰੀ ਦਾ ਜਾ ਕੇ ਡਾਂਗੀ ਪੱਕਾ ਹੀ ਨਾ ਤਾਂ ਫਾੜੇ ਮੈਨੂੰ ਅਗ ਡਾਂਗ ਮੰਗਦਾ। ਉਹ ਸੁਈਦ ਵਾਲਾ ਦਿਨ ਸੀ ਕਿ ਖੜਕ ਸਿੰਘ ਗਿਆ ਉਹਨਾਂ ਦੇ ਪਿੰਡ ਉਹ ਕੇ ਬੰਦੂਕ ਲੈ ਕੇ ਦਾ ਗਿਆ ਉਹਨੇ ਉਹਨੂੰ ਮਾਰ ਦਿੱਤਾ ਖੜਕ ਸਿੰਘ ਨੂੰ ਖੜਕ ਸਿੰਘ ਨੂੰ ਖੜਕ ਸਿੰਘ ਨੂੰ ਮਾਰ ਦਿੱਤਾ ਸੀ ਤੇ ਉਹ ਗੱਲ ਤੇ ਹੈ ਵੀ ਮਸ਼ਹੂਰ ਤੇ ਉਦੋਂ ਸਾਰੇ ਸਾਰੇ ਮਸ਼ਹੂਰ ਸਾਣੇ ਲੋਕ ਤੁਹਾਡੇ ਤੁਹਾਡੇ ਪਿੰਡ ਦੇ ਹੰਜਰਾਵਾਂ ਵਾਲੇ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਇਥੋਂ ਇੱਕ ਗੈ ਸਿੱਖ ਤੇ ਉਹਨਾਂ ਨਾਲ ਕੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਸਨ ਉਹਨਾਂ ਦੇ ਕਾਮੇ ਹਕੂਮੇ ਉਹਨਾਂ ਦੱਸਿਆ ਕਿ ਉਹਨਾਂ ਨਾਲ ਫੇਰ ਕੀ ਬਣਿਆ ਅਮਨ ਨਾਲ ਟੁਰ ਗਏ ਜਾਂ ਉਹਨਾਂ ਨੂੰ ਉਹਨਾਂ ਨਾਲ ਕੁਝ ਕੀਤਾ ਦੇਖੋ ਜੀ ਗੱਲ ਹੈਗੀ ਇਹ ਕਿ ਇੱਥੋਂ ਗਏ ਤੇ ਨੇ ਅਮਨ ਨਾਲ ਇਹ ਲੋਕ ਆਂਦੇ ਨੇ ਐਸੀ ਵੀ ਜਿਹੜੇ ਉੱਥੋਂ ਨਿਕਲੇ ਆ ਨਾ ਤੁਹਾਨੂੰ ਦੱਸਿਆ ਨਾ ਮੈਂ ਅਮਨ ਨਾਲ ਨਿਕਲੇ ਕੋਈ ਗੱਲ ਨਹੀਂ ਬਾਹਰ ਆ ਕੇ ਗਾਲੀਂ ਲਾ ਜਿਵੇਂ ਹੋਵੇ ਨਹੀਂ ਇਹਨਾਂ ਨਾਲ ਇੰਜਰਾਵਾਂ ਵਾਲਿਆਂ ਨਾਲ ਪਿੰਡ 'ਚ ਕੋਈ ਹਮਲਾ ਨਹੀਂ ਹੋਇਆ ਇਹਨਾਂ ਪਿੰਡ 'ਚ ਕੋਈ ਹਮਲਾ ਨਹੀਂ ਹੋਇਆ ਇਹ ਗਏ ਨੇ ਸੋ ਚਲੇ ਚੂੜਕਾਣੇ ਅੱਛਾ ਚੂੜਕਾਣੇ ਕੈਂਪ ਸੀ ਇਹਨਾਂ ਦਾ ਅੱਛਾ ਜਿਹੜੀ ਇਹ ਗੱਲ ਦੱਸਦੇ ਨੇ ਉੱਥੋਂ ਫੇ ਮੁੜ ਕੇ ਚੂੜਕਾਣੇ ਜਾ ਕੇ ਤਾਂ ਵਿਚੋਂ ਫੇ ਬੰਦੇ ਇੱਥੇ ਕੋਈ ਰਹਿ ਗਏ ਪੇ ਅਸੀਂ ਨਹੀਂ ਜਾਣਾ ਇੰਜਰਾਵਾਂ ਵਾਲੇ ਰਹਿ ਗਏ ਇੰਜਰਾਵਾਂ ਵਾਲੇ ਹਜਰਾ ਉਹ ਲੈਣ ਦੇਣ ਦੀ ਸੀ ਉਹਨਾਂ ਦਾ ਸੀ ਸਿੱਖੋਂ ਮੁਸਲਮਾਨੀਆਂ ਯਾਦ ਨਹੀਂ ਵੀ ਤੇ ਉਹ ਕਹਿਣ ਲੱਗੇ ਪੀ ਅਸੀਂ ਲੈਣਾ ਤੇ ਉਹ ਰਹਾ ਫੇ ਹਿਸਣ ਪਹਿਲਾਂ ਚੜਾ ਕਰਦੇ ਸੀ ਕਿ ਉਹ ਫੇਰ ਇੱਕ ਬੰਦੇ ਤੋਂ ਹੰਦਸਿਆ ਨਾ ਜਿਹੜੇ ਚਮਚੇ ਵੱਡੇ ਬੰਦੇ ਛੋਟੇ ਹੁੰਦੇ ਬਹੁਤੇ ਉਤਰੇ ਹੁੰਦੇ ਉਹ ਜਾ ਕੇ ਦੋ ਸੀਗਾ ਉੱਤੇ ਚੌੜੀ ਉਹਦੇ ਜਾ ਕੇ ਤਾਂ ਬੂਆ ਡੇਉੜੀ ਹੁੰਦੀ ਨਹੀਂ ਬੂਆ ਡੇੜੀ ਉਹਦਾ ਜੰਦਰਾ ਪੱਡਣ ਲਾ ਪਿਆ ਹਮ ਬੁੱਢਾ ਸਿੰਘ ਨਾਂ ਸੀ ਉਹਦਾ ਅੱਛਾ ਉਹ ਵੀ ਮੰਨਿਆਂ ਦੇ ਨਿਆ ਸੀ ਉਹ ਉਹਦੇ ਜਾ ਕੇ ਦੱਸਿਆ ਉਸ ਆਖਿਆ ਜਾਨ ਦੇ ਨੂਰੇ ਕਿਉਂ ਬੂਆ ਪੜਨਾ ਉਸ ਆਖਿਆ ਬੁੱਢਾ ਸਿੰਘ ਤੇਰੇ ਵਕਤ ਲੰਘ ਗਿਆ ਹਾਂਜੀ ਉਹਨੇ ਫੇਰ ਸੋਚਿਆ ਪਈ ਇਹ ਗੱਲ ਜਲੀ ਕਰਦਾ ਸੱਚੀ ਹੈ। ਹੂੰ। ਉਹਨੇ ਹੀ ਮੋੜੋਂ ਫੇਰ ਦੂਸਤੀਆਂ ਦਿਨ ਚੁੱਕਿਆ ਸਮਾਨ ਤੇ ਉੱਥੇ ਉਹ ਵੀ ਟਰ ਗਿਆ। ਉਹ ਵੀ ਚੱਲ ਗਿਆ। ਉੱਥੋਂ ਫੇਰ ਇੱਕ ਇੱਕ ਘਾਰੇ ਨਾਲ ਲਿਆਂਦਾ ਪਿਛਾ ਮੋੜ ਕੇ। ਅੱਛਾ। ਉਹਨਾਂ ਨੂੰ ਪਿੰਡ ਦੇ ਵਿੱਚ ਲਿਆ ਆ ਕੇ ਨਾ ਤੇ ਮੁਸਲਮਾਨ ਕੀਤਾ। ਅੱਛਾ। ਮੁਸਲਮਾਨ ਕਰਕੇ ਤੇ ਉਹਨਾਂ ਨੂੰ ਫੇਰ ਉਹਨਾਂ ਨੇ ਗਾਂ ਦਾ ਗੋਸਤ ਵੀ ਖਵਾਇਆ। ਹੂੰ। ਇਹ ਲੈ ਮੰਨ ਲੈ ਬੰਦਾ। ਖਵਾਇਆ ਤਾਂ ਫੇਰ ਉਹਨਾਂ ਨੂੰ ਇਹਨਾਂ ਨੇ ਜਾਇ ਕੋ ਡੰਗ ਤਾਂ ਫੇਰ ਸਾਰੇ ਹੀ ਮਾਰਦੇ ਓਹੋ ਹੋ 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 ਇੱਕ ਮੱਠਾ ਮੁਸਲਮਾਨ ਕਰਕੇ ਉਹ ਬੰਦਾ ਵਾਪਸ ਲਿਆਂਦਾ ਉਹ ਸਾਰਾ ਖਾਨਦਾਂ ਮਾਰ ਆ ਉਹਨਾਂ ਨੂੰ ਮੁਸਲਮਾਨ ਕਰ ਲਿਆ ਕਰ ਲਿਆ ਤੇ ਉਸ ਬੰਦੇ ਦਾ ਕੋਈ ਨਾਮ ਯਾਦ ਹੈ ਤੁਹਾਨੂੰ ਕਮਾਲ ਸਿੱਖ ਕਮਾਲੀਆ ਸੀ ਉਹਦਾ ਨਾਮ ਕਮਾਲੀਆ ਹਾਂ ਅੰਜਰਾ ਸੀ ਹਾਂ ਜੀ ਇਹਦਾ ਉਹ ਸਿੱਖ ਸਾਰੇ ਉੱਤੇ ਲਾਇਆ ਉਹਦਾ ਸਾਰਾ ਖਾਨਦਨ ਮਾਰ ਦਿੱਤਾ ਸਾਰੇ ਜੀ ਲੈ ਲੈਂਦੇ ਦੋ ਬੱਚੇ ਸੀ ਇੱਕ ਬੀਬੀ ਤੇ ਇੱਕ ਬੱਚੀ ਅੱਛਾ ਬਾਕੀ ਆਲੇ ਤੇ ਮਾਰ ਸਾਡੇੋਂ ਤੋਂ ਪਹਿਲਾਂ ਹੀ ਗੱਲ ਹੈ ਨਾ ਤੁਸੀਂ ਇਹ ਸੁਣੀ ਹੈ ਨਾ ਆ ਸੁਣੀ ਹੈ ਤੇ ਬੱਚੀ ਪਿਛਾਂ ਟੁਰ ਗਈ ਕਿ ਉਹ ਉਹ ਪਿਛਾਂ ਚੱਲ ਗਈ ਅੱਛਾ ਉਹ ਫੇ ਮੁੜ ਕੇ ਤੇ ਉਹਨਾਂ ਦੇ ਮਕਾਨਾਂ 'ਚ ਸੁੱਟ ਕੇ ਅੱਗ ਲਾਤੀ ਓਹ ਹੋ ਹਾਂਜੀ ਤੇ ਉਹ ਫੇ ਦੇਖੋ ਨਾ ਮੁਸਲਮਾਨ ਕਰਕੇ ਮਾਰੇ ਉਹਨਾਂ ਨੇ ਉਹਨਾਂ ਵਿੱਚੋਂ ਬੰਦੇ ਜਿਹੜੇ ਇੱਥੇ ਸਾਡੇ ਦੇਖਿਆ ਮਰੇ ਨੇ ਨਾ ਜੋ ਅੱਲਾਹ ਤਾਲਾ ਉਹਦਾ ਮਾਫੀ ਕਰਨ ਵਾਲਾ ਉਹ ਜਿਨ੍ਹਾਂ ਨੇ ਅਮਲ ਕੀਤਾ ਸੀ ਜਿਨ੍ਹਾਂ ਮਾਰੇ ਉਹਨਾਂ ਦੀ ਹਾਲਤ ਤੁਸੀਂ ਵੇਖੀ ਭੈੜੀ ਹੋਈ ਬੜੀ ਭੈੜੀ ਹਾਲ ਹੈ ਇਹ ਸਾਰੇ ਕਮੀ-ਸ਼ਮੀ ਹੋਣਗੇ ਨਹੀਂ ਨਹੀਂ ਜੀ ਜਿਹੜਾ ਇਹ ਸਨ ਕਮੀਆਂ ਵਿਚਾਰਿਆਂ ਕਮੀ ਕਮੀ ਨੂੰ ਕਹਿਣਾ ਤਾਂ ਕਮੀ ਨੇ ਨਾ ਚੌਧਰੀ ਜੇ ਟਰਨਾ ਹੁੰਦਾ ਮੁਸਲਮਾਨ ਕਿ ਉਹ ਗਨਾਈਟ ਚੌਧਰੀ ਹੁੰਦਾ ਮੁਸਲਮਾਨ ਕਰਕੇ ਉਹਨਾਂ ਨੂੰ ਮਾਰ ਦਿੱਤਾ ਮੁਸਲਮਾਨ ਕਰਕੇ ਰੱਖੇ ਗਾਈ ਦਾ ਗੋਸ਼ਤ ਕਰਦਾ ਸਭ ਕਲਮਾ ਪੜ੍ਹਦਾ ਕੋਈ ਕੋ ਆਇਆ ਉਥੋਂ ਤੁਹਾਡੇ ਪਿੰਡ ਜਰਾਵਾ ਕਿਸੇ ਸਾਡੇ ਪਿੰਡ ਫੇ ਕੀ ਆਉਣਾ ਹੁੰਦਾ ਜਿੰਨਾ ਵਾਦਾ ਜਿੰਨਾ ਕਰੀਓ ਹੁੰਦਾ ਕੋਈ ਠੀਕ ਗੱਲ ਹੈ ਬੜੀ ਮਿਹਰਬਾਨੀ ਬਜ਼ੁਰਗੋ ਤੁਸੀਂ ਬੜੀ ਅੱਛੀਆਂ ਗੱਲਾਂ ਦੱਸੀਆਂ ਨੇ ਬਹੁਤ ਮਿਹਰਬਾਨੀ ਬਹੁਤ نوازਿਸ਼ ਅਸਲਾਮੁਅਲੈਕ ਵਾਅਲੈਕੁਮ